ਟਾਈਗਰ ਇੱਥੇ ਆ, ਆਹ ਹੈਗੇ ਚਿੰਪੈਂਜੀ, ਹਾਥੀ, ਫਿਰ ਇੱਥੇ ਜੈਬਰੇ ਆਉਣਗੇ, ਠੀਕ ਆ, ਫਿਰ ਸ਼ੇਰ, ਇੱਥੇ ਸ਼ੇਰ ਵੀ ਹੈਗਾ, ਆਹ ਬੈਠਾ ਸ਼ੇਰ। ਅਤੇ ਜੇਕਰ ਤੁਸੀਂ ਪੈਂਗੁਇਨਸ ਨਹੀਂ ਵੇਖੇ ਤਾਂ ਤੁਸੀਂ ਅੱਜ ਵੇਖੋਗੇ ਵਲੌਗ ਦੇ ਵਿੱਚ ਪੈਂਗੁਇਨਸ। ਦੇਖੋ ਬਈ, ਗੋਰਿਆਂ ਦੇ ਜਵਾਕ ਬੋਲਦੇ ਨਾ ਇੰਗਲਿਸ਼ ਘੈਂਟ। ਇੱਕ ਤੁਹਾਨੂੰ ਇੱਕ ਜਾਨਵਰ ਵਿਖਾਉਂਦਾ ਵਾ ਜਿਹੜਾ ਨਾ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਮਿਲਦਾ ਵਾ, ਹੋਰ ਕਿਤੇ ਨਹੀਂ ਮਿਲੂਗਾ ਤੁਹਾਨੂੰ ਇਹ। ਮੈਂ ਵੇਖੀਆਂ ਵੱਡੀਆਂ ਵੱਡੀਆਂ, ਇਹ ਪੂਰੇ ਲੰਘਾ ਜਾਂਦੇ ਜਾਨਵਰ ਨੂੰ, ਹਿਰਨ ਪੂਰੇ ਖਾ ਜਾਂਦੀ ਇੱਕ ਵਾਰੀ 'ਚ। ਉਹਨੇ ਨਿਕਲ ਜਾਣਾ ਵਾ, ਉਹ ਵੇਖੋ ਭਾਲੂ ਜਾ, ਉਹ ਨਿਕਲ ਗਿਆ, ਉਹ ਗਿਆ, ਉਹ ਗਿਆ। ਮੈਂ ਪਹਿਲੀ ਵਾਰੀ ਵੇਖਿਆ ਵਾ, ਮੈਂ ਨਹੀਂ ਵੇਖਿਆ ਕਦੇ ਭਾਲੂ। ਫਾਈਨਲੀ ਵੱਡੇ ਜਾਨਵਰ ਥੋੜ੍ਹੇ ਜਿਹੇ ਜਿਹੜੇ ਉਹ ਆਏ ਆ, ਜੈਬਰਾ ਕੀ ਕਹਿੰਦੇ ਹੁੰਦੇ, ਜਰਾਫ, ਉਹ ਤੁਹਾਨੂੰ ਦਿਖਾਉਂਦੇ ਹਾਂ ਹੁਣ। ਯਾਰ ਹੁਣ ਸ਼ੇਰ ਵਿਖਣਾ ਚਾਹੀਦਾ। ਉਹ ਰਿਹਾ, ਉਹ ਰਿਹਾ, ਉਹ ਰਿਹਾ, ਉਹ ਰਿਹਾ, ਉਹ ਵੇ ਰਿਹਾ, ਉਹ ਵੇ ਰਿਹਾ। ਹਾਂ, ਬੋਰ ਹੋਏ ਪਏ, ਉਹ ਬਹਿ ਗਿਆ। ਉਹ ਰਿਹਾ ਗੈਂਡਾ। ਹੈਲੋ, ਹਾਂਜੀ ਬਈ, ਦੋਸਤੋ, ਮਿੱਤਰੋ, ਭੈਣੋ, ਭਰਾਵੋ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਈ। ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਸਾਡੇ ਇੱਕ ਨਵੇਂ ਵਲੌਗ ਦੇ ਵਿੱਚ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹੈਗੇ ਹਾਂ ਆਸਟ੍ਰੇਲੀਆ ਪਰਥ ਦੇ ਵਿੱਚ ਰਹਿੰਦੇ ਹਾਂ, ਅਤੇ ਅੱਜ ਆਪਾਂ ਜਾ ਰਹੇ ਹਾਂ ਇੱਥੋਂ ਦਾ ਇੱਕ ਚਿੜੀਆ ਘਰ ਵੇਖਣ। ਤਾਂ ਤੁਹਾਨੂੰ ਅਸੀਂ ਘਰ ਬੈਠੇ ਹੀ ਅੱਜ ਆਸਟ੍ਰੇਲੀਆ ਦੇ ਵਿੱਚ ਵਿਖਾਵਾਂਗੇ ਕਿ ਆਸਟ੍ਰੇਲੀਆ ਦਾ ਚਿੜੀਆ ਘਰ ਕਿੱਦਾਂ ਦਾ ਵਾ, ਅਤੇ ਉੱਥੇ ਤੁਹਾਨੂੰ ਕਿਹੜੇ ਕਿਹੜੇ ਜਾਨਵਰ ਵੇਖਣ ਨੂੰ ਮਿਲਦੇ ਆ, ਤਾਂ ਤੁਸੀਂ ਆਪਣੇ ਘਰ ਬਹਿ ਕੇ ਤੁਸੀਂ ਇਹ ਵਲੌਗ ਨੂੰ ਇੰਜੋਏ ਕਰ ਸਕਦੇ ਹੋ, ਅਤੇ ਹੋਪਫੁਲੀ ਤੁਹਾਨੂੰ ਸਾਰਾ ਵਲੌਗ ਵਧੀਆ ਲੱਗੂਗਾ। ਅਤੇ ਆਪਾਂ ਬਈ ਚਲਾ ਰਹੇ ਹਾਂ ਆਪਣੀ ਫੈਮਿਲੀ ਦੇ ਨਾਲ, ਮੋਮ, ਡੈਡ ਅਤੇ ਮੇਰੀ ਵਾਈਫ ਨਰਦੀਪ। ਆਪਾਂ ਨਿਕਲਦੇ ਹਾਂ ਘਰੋਂ, ਅਤੇ ਫੈਮਿਲੀ ਆਪਣੀ ਹੋ ਚੁੱਕੀ ਹੈ ਰੈਡੀ, ਅਤੇ ਮੈਂ ਤੁਹਾਨੂੰ ਸਾਰਿਆਂ ਨਾਲ ਇੰਟਰੋਡਿਊਸ ਵੀ ਕਰਾ ਦੇਣਾ, ਸਭ ਤੋਂ ਪਹਿਲਾਂ ਮੰਮੀ, ਡੈਡੀ ਅਤੇ ਨਰਦੀਪ ਦੇ ਨਾਲ, ਅਤੇ ਫਿਰ ਆਪਾਂ ਘਰੋਂ ਨਿਕਲਦੇ ਹਾਂ ਕਰੀ। ਹੈਲੋ ਨਰਦੀਪ। ਹੈਲੋ, ਚਾਹ ਸਾਡੀ ਉਬਲ ਗਈ ਹੈ। ਚਾਹ ਸਾਡੀ ਉਬਲ ਗਈ। ਹੈਲੋ ਡੈਡ ਜੀ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਾਕੀ ਹੁਣ ਰਹਿ ਗਏ ਮੰਮੀ। ਹੈਲੋ ਮੰਮੀ। ਹੈਲੋ, ਸਤਿ ਸ਼੍ਰੀ ਅਕਾਲ। ਡੈਡ ਜੀ, ਚਿੜੀਆ ਘਰ ਪਹਿਲਾਂ ਵੇਖਿਆ ਕਿ ਪਹਿਲੀ ਵਾਰੀ ਵੇਖ ਰਹੇ? ਪਹਿਲੀ ਵਾਰੀ ਵੇਖ ਰਹੇ, ਠੀਕ ਹੈ। ਮੰਮੀ ਵੀ ਪਹਿਲੀ ਵਾਰ ਵੇਖ ਰਹੇ, ਅਤੇ ਚਲੋ ਬਈ ਆਪਾਂ ਘਰੋਂ ਚਾਹ ਚੂਹ ਰੈਡੀ ਕਰ ਲਈ ਹੈ, ਅਤੇ ਚਾਹ ਨਾਲ ਪੀ ਕੇ, ਅਤੇ ਇਦੂ ਬਾਅਦ ਆਪਣਾ ਜਿਹੜਾ ਖਾਣ ਪੀਣ ਆਪਾਂ ਨਾਲ ਕਰ ਲਿਆ ਪੈਕ, ਪੈਟੀਆਂ ਪੈਕ ਕੀਤੀਆਂ, ਅਤੇ ਨਾਲ ਆਪਾਂ ਕੀਤੇ ਆ ਰੋਟੀਆਂ, ਕਿਉਂਕਿ ਉਹ ਜਿਹੜੀ ਜਗ੍ਹਾ ਵਾ ਚਿੜੀਆ ਘਰ, ਉਹ ਹੈਗਾ ਬਹੁਤ ਵੱਡਾ, ਅਤੇ ਉੱਥੇ ਵਾਕ ਕਰਨੀ ਪੈਣੀ ਸਾਨੂੰ, ਹੈ ਨਾ, ਅਤੇ 4-5 ਘੰਟੇ ਲੱਗ ਜਾਂਦੇ ਆ, ਇਸ ਕਰਕੇ ਅਸੀਂ ਆਪਣਾ ਖਾਣਾ ਪੀਣਾ ਪਹਿਲਾਂ ਹੀ ਘਰੋਂ ਲੈ ਚੱਲੇ ਹਾਂ, ਅਤੇ ਫਿਰ ਆਪਾਂ ਹੁਣ ਘਰੋਂ ਨਿਕਲ ਕੇ ਅਤੇ ਸਿੱਧਾ ਆਪਾਂ ਮਿਲਾਂਗੇ ਤੁਹਾਨੂੰ ਸਿਟੀ ਦੇ ਵਿੱਚ ਜਿੱਥੇ ਹੈਗਾ ਚਿੜੀਆ ਘਰ। ਬਈ ਆਪਾਂ ਪਹੁੰਚ ਗਏ ਹਾਂ ਪਰਥ ਜ਼ੂ ਦੀ ਪਾਰਕਿੰਗ ਦੇ ਵਿੱਚ, ਅਤੇ ਜਿਹੜਾ ਇਹ ਹੈਗਾ ਚਿੜੀਆ ਘਰ, ਇਹ ਹੈਗਾ ਵਾ ਪਰਥ ਦੀ ਜਿਹੜੀ ਸਿਟੀ ਆ ਉਹਦੇ ਜਮ੍ਹਾਂ ਕੋਲੇ ਹੀ ਆ, ਪਰਥ ਦੀ ਸਿਟੀ ਦੇ, ਅਤੇ ਜਗ੍ਹਾ ਦਾ ਨਾਂ ਹੈਗਾ ਸਾਊਥ ਪਰਥ। ਅਤੇ ਇੱਥੇ ਬਈ ਆਪਾਂ ਨੂੰ ਪਹਿਲਾਂ ਤਾਂ ਗੱਡੀ ਬਾਹਰ ਪਾਰਕ ਕਰਨੀ ਪੈਂਦੀ ਹੈ, ਤਾਂ ਆਸਟ੍ਰੇਲੀਆ ਦੇ ਵਿੱਚ ਆਪਾਂ ਜਿੱਥੇ ਵੀ ਗੱਡੀ ਪਾਰਕ ਕਰਦੇ ਉੱਥੇ ਆਪਾਂ ਨੂੰ ਪਾਰਕਿੰਗ ਟਿਕਟ ਲੈਣੀ ਪੈਂਦੀ ਆ, ਅਤੇ ਪਾਰਕਿੰਗ ਟਿਕਟ ਇੱਥੇ ਕੋਈ ਬੰਦਾ ਨਹੀਂ ਖੜਦਾ, ਅਤੇ ਆਪਾਂ ਨੂੰ ਇੱਥੇ ਮਸ਼ੀਨ ਤੋਂ ਹੀ ਆਪਾਂ ਆਪਦੀ ਟਿਕਟ ਲੈ ਕੇ, ਅਤੇ ਜਿੰਨੇ ਰੁਪਏ ਲੱਗਣਗੇ ਉਹ ਆਪਾਂ ਦੇਵਾਂਗੇ ਬਾਅਦ ਦੇ ਵਿੱਚ, ਜੇ ਆਪਾਂ ਨੂੰ ਪਹਿਲਾਂ ਦੇਣੇ ਪਏ ਤਾਂ ਪਹਿਲਾਂ ਵੀ ਦੇ ਸਕਦੇ ਹਾਂ, ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਬਾਅਦ 'ਚ ਦੇਣੇ ਆ। ਤਾਂ ਆਪਾਂ ਇੱਥੇ ਇੱਕ ਵਾਰੀ ਪਾਰਕਿੰਗ ਦੀ ਟਿਕਟ ਲਈਏ। ਆ ਰਹੀ ਆਪਣੀ ਫੈਮਿਲੀ, ਜਿਹੜਾ ਆਪਣਾ ਖਾਣ ਪੀਣ ਦਾ ਸਾਰਾ ਸਮਾਨ ਲਿਆਉਂਦਾ ਸੀ ਉਹ ਕੱਢਦੇ ਪਏ ਬਾਹਰ। ਇੱਥੋਂ ਬਈ ਲੈਣੀ ਆਪਾਂ ਟਿਕਟ, ਆ ਇੱਥੇ ਨਾ ਆਪਾਂ ਗੱਡੀ ਦਾ ਨੰਬਰ ਭਰ ਦਾਂਗੇ ਆਪਦਾ, ਰੈਜੋ ਨੰਬਰ, ਅਤੇ ਗੱਡੀ ਦੀ ਰੈਜੋ ਨੰਬਰ, ਪਲੇਟ ਨੰਬਰ ਭਰਤਾ, ਅਤੇ ਇਦੂ ਬਾਅਦ ਟਿਕਟ ਲੈ ਕੇ ਜਿੰਨੇ ਟਾਈਮ ਦੀ ਆਪਾਂ ਟਿਕਟ ਲੈਣੀ, ਘੱਟੋ ਘੱਟ ਇੱਥੇ ਆਪਾਂ ਨੂੰ 4-5 ਘੰਟੇ ਲੱਗ ਜਾਂਦੇ, ਅਤੇ ਇਹਦੀ ਟਾਈਮਿੰਗ ਜਿਹੜੀ ਹੈਗੀ ਆ ਉਹ ਹੈਗੀ ਆ ਸੁਬਾਹ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ, ਅਤੇ ਮੌਸਮ ਅੱਜ ਪੂਰਾ ਘੈਂਟ ਆ, ਅਤੇ ਆਪਾਂ 5 ਵਜੇ ਤੱਕ ਦੀ ਟਿਕਟ ਲੈ ਲੈਣੇ ਆ, ਕਿਉਂਕਿ 5 ਵਜੇ ਤੋਂ ਬਾਅਦ ਫ੍ਰੀ ਹੋ ਜੂਗੀ, ਅਤੇ ਆਪਣੇ ਕੋਲ ਹੁਣ ਵੱਜੇ ਇੱਥੇ 12:30, ਆਪਾਂ ਨੂੰ 4:30 ਘੰਟੇ ਦੀ ਟਿਕਟ ਲੈਣੀ ਪੈਣੀ, ਅਤੇ ਚਲੋ ਟਿਕਟ ਲਈਏ ਇੱਥੋਂ, ਅਤੇ ਫਿਰ ਆਪਾਂ ਚੱਲਦੇ ਅੰਦਰ। ਡੈਡ ਜੀ, ਸ਼ੇਰ ਵੇਖਣ ਲਈ ਐਕਸਾਈਟਡ? ਹਾਂਜੀ, ਡੈਡ ਨੇ ਪਹਿਲੀ ਵਾਰੀ ਸ਼ੇਰ ਵੇਖਣੇ ਆ। ਅਤੇ ਆ ਰਹੀ ਬਈ ਪਰਥ ਦੀ ਜ਼ੂ ਐਂਟਰੈਂਸ, ਰਿਸੈਪਸ਼ਨ ਗੇਟ, ਅਤੇ ਮਾਲੀ ਫੰਕਸ਼ਨ, ਆਪਾਂ ਚੱਲਦੇ ਪਹਿਲਾਂ ਐਂਟਰੀ ਕਰਾਈਏ। ਲਓ ਬਈ ਆਹ ਦੇਖੋ, ਆਹ ਚੀਜ਼ਾਂ ਇੱਥੇ ਆਪਾਂ ਨੂੰ ਸ਼ਾਇਦ ਮਿਲ ਜਾਣ ਅੰਦਰ, ਚੀਤਾ, ਆ ਗਰੀਲਾ ਵੀ ਹੈਗਾ ਸੱਚ, ਹਾਂ ਕੰਗਾਰੂ, ਸ਼ੇਰ, ਅਤੇ ਮਗਰਮੱਛ ਵੀ ਹੈਗਾ।
ਓਕੇ ਬਈ, ਅਡਲਟ ਦੀ ਟਿਕਟ ਹੈਗੀ ਆ $30 ਇੱਕ ਬੰਦੇ ਦੀ, ਚਾਈਲਡ ਹੈਗਾ $19, ਕਨਸੈਸ਼ਨ $30 ਹੈ। ਕਨਸੈਸ਼ਨ ਦੇ ਵਿੱਚ ਆ ਜੂਗੇ ਸਟੂਡੈਂਟ, ਚਾਰ ਜਣਿਆਂ ਤੇ ਚਾਰ ਜਣਿਆਂ ਦੇ ਆਪਾਂ ਨੂੰ ਦੇਣੇ ਪੈਣੇ ਆ 38x4। ਲੈ ਲਿਆ ਟਿਕਟਾਂ, ਹਾਂ ਪੈਸੇ ਇਹਨੇ ਲਾਏ ਆ ਦੇਖੀ ਕਿੰਨੇ ਰੁਪਏ ਲੱਗੇ ਆ, $152 ਹੈ ਨਾ, ਚਾਰ ਜਣਿਆਂ ਦੇ $152 ਲੱਗੇ ਆ। ਸ਼ੁਰੂ ਹੋ ਗਿਆ ਆਪਣਾ ਪਰਥ ਜ਼ੂ ਚਿੜੀਆ ਘਰ ਬਈ। ਆਹ ਹੈਗਾ ਮੈਪ ਇੱਥੋਂ ਦਾ, ਆਹ ਪਲੈਨ ਆ ਸਾਰਾ। ਇਹ ਆਪਾਂ ਨੂੰ ਉਹਨਾਂ ਨੇ ਮੈਪ ਵੀ ਦੇਤਾ ਵਾ ਇੱਕ ਆਪਣੇ ਹੱਥ ਦੇ ਵਿੱਚ, ਕਿੱਥੇ ਮੈਪ ਆ ਰਿਹਾ, ਆਹ ਮੈਪ ਦੇਤਾ ਵਾ। ਇਹਦੇ ਵਿੱਚ ਇਹਨਾਂ ਨੇ ਫੋਟੋਆਂ ਬਣਾਈਆਂ ਹੋਈਆਂ ਥਾਂ ਥਾਂ 'ਤੇ, ਠੀਕ ਆ। ਆਪਾਂ ਜਿੱਥੇ ਹੈਗੇ ਇਸ ਵਕਤ ਆਪਾਂ ਕਿੱਥੇ ਹਾਂ, ਯੂ ਆਰ ਹੇਅਰ, ਆਪਾਂ ਹੈਗੇ ਇੱਥੇ। ਆਪਾਂ ਜਿਵੇਂ ਜਿਵੇਂ ਜਾਵਾਂਗੇ ਉਵੇਂ ਉਵੇਂ ਉਹਲੀਆਂ ਉਹਲੀਆਂ ਚੀਜ਼ਾਂ ਵਿਖਣਗੀਆਂ। ਇੱਥੇ ਦੱਸਿਆ ਪੰਛੀ, ਇੱਥੇ ਹੈਗੇ ਆ ਕ੍ਰੋਕੋਡਾਇਲ, ਫਿਰ ਅੱਗੇ ਜਾ ਕੇ ਆਉਣਗੇ ਕੰਗਾਰੂ, ਇੱਧਰ ਕੰਗਾਰੂ ਆ ਗਏ, ਫਿਰ ਇੱਧਰ ਜਿਵੇਂ ਜਿਵੇਂ ਜਾਈ ਜਾਵਾਂਗੇ, ਠੀਕ ਆ। ਇੱਥੇ ਟਾਈਗਰ, ਟਾਈਗਰ ਇੱਥੇ ਆ, ਆਹ ਹੈਗੇ ਚਿੰਪੈਂਜੀ, ਹਾਥੀ, ਫਿਰ ਇੱਥੇ ਜੈਬਰੇ ਆਉਣਗੇ, ਠੀਕ ਆ, ਫਿਰ ਸ਼ੇਰ, ਇੱਥੇ ਸ਼ੇਰ ਵੀ ਹੈਗਾ, ਆਹ ਬੈਠਾ ਸ਼ੇਰ। ਇਹ ਸਾਰਾ ਕੁਝ ਆਪਾਂ ਨੂੰ ਵਨ ਬਾਏ ਵਨ ਮਿਲੂਗਾ, ਆਪਾਂ ਇੱਧਰੋਂ ਚੱਲਦੇ ਹਾਂ ਅਤੇ ਸਾਰਾ ਘੁੰਮ ਕੇ ਆਵਾਂਗੇ। ਅਤੇ ਬਈ ਸਭ ਤੋਂ ਪਹਿਲਾਂ ਤਾਂ ਜਿਹੜੀ ਚੀਜ਼ ਆ ਰਹੀ ਹੈ, ਸਭ ਤੋਂ ਪਹਿਲਾਂ ਆ ਰਹੇ ਆ ਪੈਂਗੁਇਨਸ, ਆਪਾਂ ਵੇਖਦੇ ਹਾਂ ਪੈਂਗੁਇਨਸ। ਅਤੇ ਜੇਕਰ ਤੁਸੀਂ ਪੈਂਗੁਇਨਸ ਨਹੀਂ ਵੇਖੇ ਤਾਂ ਤੁਸੀਂ ਅੱਜ ਵੇਖੋਗੇ ਵਲੌਗ ਦੇ ਵਿੱਚ ਪੈਂਗੁਇਨਸ। ਚਲੋ ਬਈ, ਪਤਾ ਕਿਆ ਜੀ ਪੈਂਗੁਇਨ ਕੀ ਹੁੰਦੇ ਆ, ਇੱਦਾਂ ਦੇ ਵੇਖੇ ਖਾ ਉਹਦੇ 'ਚ ਟੀਵੀ 'ਚ ਆਉਂਦੇ ਹੁੰਦੇ। ਅੱਜ ਆਪਾਂ ਵੇਖਾਂਗੇ ਪਹਿਲੀ ਵਾਰੀ ਇਹ ਚੱਕ, ਓ ਬੱਲੇ ਓ ਆ ਗਏ ਪੈਂਗੁਇਨਸ, ਯੈਸ। ਔਰ ਏ ਨਿੱਕੇ ਨਿੱਕੇ, ਇੱਕ ਮਿੰਟ ਜੂਮ ਕਰਦਾ, ਇਹ ਔਰ ਏ ਛੋਟੇ ਛੋਟੇ ਆ ਨਾ ਬੱਚੇ ਆ, ਇਹ ਭਾਈ ਦੇ ਬੜੇ ਵਧੀਆ ਲੱਗਦੇ ਹੁੰਦੇ ਆ। ਅੱਛਾ ਬਸ ਉਹ ਹੀ ਆ, ਤਿੰਨ ਹੀ ਆ ਉਹ ਨਿੱਕੂ ਜਿਹੀ ਆ। ਔਰ ਆ ਇੱਕ, ਔਰ ਆ ਬੈਠਾ ਇੱਕ, ਉਹ ਬੈਠਾ ਪਾਣੀ ਚ ਤੈਰਦੇ ਹੁੰਦੇ ਆ, ਹੁਣ ਬਾਹਰ ਨਿਕਲੇ ਹੋਏ, ਠੰਡ ਲੱਗਦੀ ਲੱਗਦਾ ਇਹਨਾਂ ਨੂੰ। ਹਾਂ ਅੱਗੇ ਵੇਖੀਏ ਕੀ ਆਉਂਦਾ। ਅੱਛਾ ਬੱਤਕਾਂ ਆ ਗਈਆਂ, ਪਤਾ ਨੀ ਕੀ ਆ, ਬੱਤਕਾਂ ਤਾਂ ਨੀ ਆ, ਇੱਥੇ ਲਿਖਿਆ ਹੋਊਗਾ ਆ ਕੀ ਆ ਬਈ, ਘੁੱਗੀਆਂ ਜੀਆਂ ਲੱਗਦੀਆਂ, ਕਬੂਤਰ ਘੁੱਗੀਆਂ। ਅੱਛਾ ਹਾਂ ਹਨਾ, ਚੁੰਝ ਮਗਰ ਮੋੜ ਕੇ ਬੈਠਾ, ਹਾਂ ਠੰਡ ਲੱਗਦੀ ਹੈ ਨਾ, ਇਕੱਠੇ ਹੋ ਕੇ ਬੈਠੇ। ਸਕੂਲ ਵਾਲੇ ਬੱਚੇ ਆਏ ਹੋਏ ਇੱਥੇ ਸਾਰੇ, ਇਹਨਾਂ ਦਾ ਗਰੁੱਪ ਆਇਆ ਹੋਊਗਾ ਬੱਚਿਆਂ ਦਾ, ਅਤੇ ਇਹ ਇੱਥੇ ਸਕੂਲ ਵਾਲੇ ਵਿਖਾਉਣ ਲੈ ਆਏ ਹੋਏ ਨੇ ਇਹਨਾਂ ਨੂੰ ਸਾਰਿਆਂ ਨੂੰ। ਉੱਤੇ ਲੱਗਾ ਵਾ ਕੇਜ, ਕੇਜ ਲੱਗਾ ਆ ਉੱਤੇ ਤਾਂ ਕਿ ਜਿਹੜੇ ਇਹ ਬਾਹਰ ਉੱਡਣਗੇ ਨਹੀਂ, ਉੱਤੇ ਉਹ ਪਰਦਾ ਲੱਗਾ ਆ, ਉੱਤੇ ਨਹੀਂ ਉੱਡ ਸਕਦੇ, ਇਹ ਥੱਲੇ ਹੀ ਰਹਿਣਗੇ। ਉੱਤਲੇ ਨਵੇਂ ਪੰਛੀ ਵੀ ਥੱਲੇ ਨਹੀਂ ਆ ਸਕਦੇ, ਇਹ ਵੀ ਉੱਤੇ ਨਹੀਂ ਜਾ ਸਕਦੇ, ਇਸ ਕਰਕੇ ਇਹਨਾਂ ਨੂੰ ਇੱਥੇ ਹੀ ਰੱਖਿਆ। ਆਹ ਜਗ੍ਹਾ ਵੇਖਦੇ ਇੱਥੇ ਕੀ ਆ, ਇੱਥੇ ਕੀ ਆ, ਫਰੋਗਸ ਆਰ ਮਾਸਟਰ। ਅੱਛਾ ਇੱਥੇ ਕਹਿੰਦੇ ਡੱਡੂ ਆ, ਇੱਥੇ ਆਵੇ ਡੱਡੂ ਰਿਹਾ, ਆਵੇ ਇਸ ਲਈ ਆ, ਆਵੇ ਆਵੇ ਰਿਹਾ ਡੱਡੂ, ਆਵੇ ਡੱਡੂ ਡੱਡੂ ਛੋਟਾ ਜਿਹਾ, ਆਵੇ ਬੈਠਾ, ਆਵੇ ਬੈਠਾ, ਆਹ ਬੈਠਾ, ਆਹ ਬੈਠਾ, ਹਾਂ ਇੱਕ ਉਹ ਬੈਠਾ, ਉਹ ਬੈਠਾ ਕੱਛੂ ਘੁੰਮਾ, ਆਹ ਕੱਛੂ ਘੁੰਮਾ ਆਵੇ ਇੱਧਰ ਬੈਠਾ, ਉਹ ਬੈਠਾ ਕੱਛੂ ਘੁੰਮੀ ਆ ਨਾ ਇਹਦਾ। ਇੱਥੇ ਨਾ ਜਿਹੜੇ ਆਏ ਹੋਏ ਸਕੂਲ ਵਾਲੇ ਬੱਚੇ ਆਏ ਹੋਏ ਆ,
ਉਹ ਇੱਥੇ ਇਹ ਨਹੀਂ ਗਾ ਕਿ ਘੁੰਮਣ ਆਏ ਆ, ਉਹਨਾਂ ਨੂੰ ਮਤਲਬ ਇਹ ਨਹੀਂ ਗਾ ਕਿ ਸਕੂਲ ਵਾਲੇ ਘੁੰਮਾਉਣ ਲਿਆਏ ਆ, ਉਹਨਾਂ ਨੂੰ ਅਸਾਈਨਮੈਂਟ ਦਿੱਤੀ ਹੋਈ ਇੱਕ, ਅਤੇ ਉਹ ਅਸਾਈਨਮੈਂਟ ਫਿਲ ਕਰਦੇ ਪਏ ਆ ਕਿ ਆਹ ਕਿਹੜਾ ਜਾਨਵਰ ਆ, ਉਹਦਾ ਕੀ ਨਾਮ ਆ, ਕਲਰ ਕਿਹੜਾ ਵਾ, ਉਹ ਸਾਰੀ ਅਸਾਈਨਮੈਂਟ ਦਾ ਮਤਲਬ ਕਿ ਉਹਨਾਂ ਨੂੰ ਇਨਫੋਰਮੇਸ਼ਨ ਉਹਨਾਂ ਨੂੰ ਹੈ ਨਾ ਦੇਣ ਲਈ, ਤਾਂ ਕਰਕੇ ਉਹਨਾਂ ਨੂੰ ਇੱਥੇ ਲੈ ਕੇ ਆਏ ਆ। ਇੱਦਾਂ ਨਹੀਂ ਗਾ ਕਿ ਘੁੰਮਾਉਣ ਲਈ ਲੈ ਕੇ ਆਏ, ਅਤੇ ਵਧੀਆ ਚੀਜ਼ ਆ ਇੱਥੇ ਆਸਟ੍ਰੇਲੀਆ ਦੇ ਵਿੱਚ ਹੈ ਨਾ, ਬੱਚਿਆਂ ਨੂੰ ਇੱਦਾਂ ਬਾਹਰ ਘੁੰਮਾਉਂਦੇ ਆ ਅਤੇ ਉਹਨਾਂ ਨੂੰ ਸਾਰਾ ਨਾਲੇ ਪਤਾ ਲੱਗਦਾ ਵਾ ਕਿ ਜੰਗਲ ਦੇ ਵਿੱਚ ਕਿਹੜੇ ਕਿਹੜੇ ਜਾਨਵਰ ਹੁੰਦੇ ਆ। ਮੋਰ ਜੰਗਲ ਮੇਂ ਮੋਰ ਨਾਚਾ ਕਿਸਨੇ ਦੇਖਾ, ਉਹ ਛਤਰ ਮੁਰਗ ਜਾ ਹੈ ਨਾ, ਉਹ ਪਤਾ ਨਹੀਂ ਕੀ ਆ। ਔਰ ਇੱਥੇ ਦੋ ਦੋ ਜਾਨਵਰ ਰੱਖੇ ਹੋਏ ਇਹਨਾਂ ਨੇ, ਕਪਲ ਰੱਖਿਆ ਵਾ, ਇੱਕ ਮੁੰਡਾ ਇੱਕ ਕੁੜੀ। ਉਹ ਤਾਂ ਰੱਖਿਆ ਕਿ ਉਹ ਥੋੜ੍ਹਾ ਜਿਹਾ ਨਾ ਮਤਲਬ ਲੜਾਈ ਝਗੜਾ ਵੀ ਕਰਦੇ ਰਹਿਣ ਜੀ ਲੱਗਾ ਰਹੇ ਉਹਨਾਂ ਦਾ, ਅਦਰਵਾਈਜ਼ ਇਕੱਲੇ ਦਾ ਜੀ ਨਹੀਂ ਲੱਗਦਾ। ਇਸ ਕਰਕੇ ਇਹਨਾਂ ਨੇ ਨਾ ਸਾਰੇ ਜਾਨਵਰ ਇੱਥੇ ਦੋ ਦੋ ਰੱਖੇ, ਕਮ ਸੇ ਕਮ ਦੋ ਦੋ ਤਾਂ ਹੈਗੇ ਹੀ ਹੈਗੇ ਆ, ਇਹਦੂ ਜ਼ਿਆਦਾ ਹੋ ਸਕਦੇ ਆ, ਪਰ ਦੋ ਤਾਂ ਹੈਗੇ ਹੀ ਹੈਗੇ, ਕਪਲ ਤਾਂ ਪੱਕਾ ਹੁੰਦਾ ਇੱਥੇ। ਅਤੇ ਹੁਣ ਆ ਗਈ ਸਵੈਣ, ਆਹ ਹੈਗੀ ਸਵੈਣ ਹੈ ਨਾ, ਆਹ ਕੀ ਆ, ਆਹ ਦੇਖੋ ਆਵੇ ਆ ਗਈ ਸਵੈਣ ਆ, ਹੈ ਨਾ ਇਹ ਉਹੀ ਹੈ ਨਾ ਸਵੈਣ ਹੁੰਦੀ ਜਿਹੜੀ। ਹਾਂ ਓਏ ਓਏ ਖੇਡਦਾ ਪਿਆ ਇਹ, ਮਾਂ ਨਹੀਂ ਉਹਦੀ, ਉਹ ਤਾਂ ਹੋਰ ਜਾਨਵਰ ਮੈਨੂੰ ਲੱਗਦਾ। ਅੱਗੇ ਆ ਗਿਆ ਬਈ ਕ੍ਰੋਕੋਡਾਇਲ, ਮਗਰ ਮੱਛ, ਹੁਣ ਇਹ ਦੇਖਦੇ ਕਿੱਦਾਂ ਦਾ ਮਗਰ ਮੱਛ ਇੱਥੇ। ਲੈ ਬਈ ਮਗਰ ਮੱਛ ਦੇਖੀ ਅੱਜ ਲਾਈਵ ਪਹਿਲੀ ਵਾਰੀ, ਮਗਰ ਮੱਛ ਉਹ ਆ ਗਿਆ, ਮੱਛੀਆਂ ਬਈ ਘੈਂਟ ਸੁਣੀ ਸੁਣੀ ਮੱਛੀਆਂ, ਆਹ ਵੀ ਫਿਰਦਾ ਕੱਚੂ ਕੁਮਾ, ਉਹ ਜਾਂਦੀ ਮੱਛੀ ਆ ਜਾ, ਪਿਓ ਪੁੱਤ ਜਾਂਦੇ ਪਏ ਲੱਗਦਾ ਕਿ ਨਹੀਂ, ਮਾਤੀ ਵੀ ਉਹ ਆਹਦਾ ਘਰ ਵਾਲਾ ਘਰ ਹੀ ਲਿਆਉਣਾ। ਆਵੇ ਇੱਕ ਮੱਛੀ ਆ ਰਹੀ, ਅੱਗੇ ਜਾ ਕੇ ਆਉਣਗੇ ਵੱਡੇ ਵੱਡੇ ਜਾਨਵਰ, ਇੱਥੇ ਸਾਰੇ ਛੋਟੇ ਜਾਨਵਰ ਆ, ਵੱਡੇ ਗਾਂਹ ਜਾ ਕੇ ਆਉਣਗੇ। ਇੱਥੇ ਆਪਾਂ ਹੁਣ ਵੇਖਦੇ ਕ੍ਰੋਕੋਡਾਇਲ, ਔਰ ਉਹ ਵੀ ਰਿਹਾ ਮਗਰਮੱਛ, ਉਹ ਪਿਆ ਉਹ ਵੀ ਰਿਹਾ, ਉਹ ਦੇਖੋ ਉਹ ਬੈਠਾ ਇਕੱਲਾ ਹੀ ਆ ਇਹ, ਉਹ ਬੈਠਾ ਨਹੀਂ, ਠੰਡ ਤਾਂ ਕਾਹਦੀ, ਇਹਨਾਂ ਨੂੰ ਚਮੜੀ ਐਡੀ ਮੋਟੀ ਆ। ਮਗਰਮੱਛ ਹੋ ਰਿਹਾ ਬਈ, ਉਹ ਦੂਰ ਆ, ਉਹਨੇ ਮੂੰਹ ਨਹੀਂ ਇਹਨੂੰ ਕੀਤਾ, ਪਿਆ ਹੋਇਆ ਸੁੱਤਾ ਲੱਗਦਾ। ਹੁਣ ਬਈ ਅੱਗੇ ਜਾ ਕੇ ਆ ਰਹੇ ਆ ਤੋਤਾ, ਤੋਤੇ ਆ ਰਹੇ, ਪੁਸ਼ ਲਓ ਬਈ ਪੁਸ਼ ਕਰੀਏ ਇਹਨੂੰ। ਆਹ ਜੰਗਲੇ ਬਣੇ, ਇਹ ਜੰਗਲੇ ਤਾਂ ਬਣੇ ਆ ਕਿ ਸੇਫਟੀ ਦੇ ਲਈ, ਮਤਲਬ ਕਿ ਜਿਹੜੇ ਪੰਛੀ ਆ ਦੋ ਦੋ ਬਣਾਏ ਇਹਨਾਂ ਨੇ ਗੇਟ। ਅੱਛਾ ਇਹ ਤਾਂ ਜੰਗਲੇ ਬਣੇ ਆ, ਅਤੇ ਗੇਟ ਬਈ ਇੱਦਾਂ ਲੱਗੇ, ਦੋ ਗੇਟ ਲੱਗੇ, ਕਾਹ ਲੱਗਾ ਕੋਪਰਾਂ ਲੱਗਾ, ਉਹ ਪਹਿਲਾਂ ਬੰਦ ਹੋਊਗਾ ਫਿਰ ਇਹ ਖੁੱਲ੍ਹਦਾ, ਤਾਂ ਕਿ ਜੇ ਪੰਛੀ ਉੱਡ ਵੀ ਗਿਆ ਨਾ ਤਾਂ ਉਹ ਪਰੋਂ ਦੀ ਬਾਹਰ ਨਾ ਨਿਕਲੇ। ਅਤੇ ਆ ਕੀ ਉੱਤੇ ਆ ਉਹਦਾ ਦੇਖਿਓ ਬੈਰੀਆਂ ਪਈਆਂ, ਕੀ ਆ ਹੈ ਨਾ, ਇਹ ਖਾਂਦੇ ਹੋਣੇ ਜਾਂ ਤਾਂ। ਉਹ ਬੈਠਾ ਉਹ ਬੈਠਾ, ਇਹ ਪਤਾ ਨਹੀਂ ਕੀ ਆ, ਟਟੀਰੀ ਲੱਗਦੀ ਆ ਤਾਂ ਨਾ, ਹਾਂ ਟਟੀਰੀਆਂ ਜਿਹੀਆਂ ਆ। ਬੱਚਿਆਂ ਦਾ ਪਲੇ ਗਰਾਊਂਡ ਬਈ, ਬੱਚਿਆਂ ਨੂੰ ਖੇਡਦੇ ਪਏ ਇੱਥੇ ਬੱਚੇ, ਆਹ ਉੱਤੋਂ ਆਉਂਦਾ ਵਾ ਪਾਣੀ ਹਲਕਾ ਹਲਕਾ। ਆਹ ਬਈ ਇੱਧਰ ਆ ਗਿਆ ਕੈਫੇ, ਕੈਫੇ ਇੱਧਰ ਰੋਟੀ ਪਾਣੀ ਖਾਣ ਨੂੰ, ਚਾਹ ਚੂਹ ਮਿਲੂਗੀ ਮੈਨੂੰ ਲੱਗਦਾ ਇੱਥੇ ਆਪਾਂ ਨੂੰ, ਅਤੇ ਆਪਣੇ ਕੋਲ ਹੈਗਾ ਵੈਸੇ ਖਾਣਾ ਪੀਣਾ, ਇਹਨਾਂ ਨੂੰ ਪੁੱਛ ਲੈਂਦੇ ਜਿਹਨਾਂ ਨੂੰ ਭੁੱਖ ਲੱਗੀ ਆ, ਤਾਂ ਆਪਾਂ ਫਿਰ ਖਾ ਪੀ ਲਈਏ।
ਅਸੀਂ ਨਾ ਜਿਵੇਂ ਤੁਹਾਨੂੰ ਦੱਸਿਆ ਜੀ ਘਰੋਂ ਲੈ ਕੇ ਆਏ ਖਾਣ ਪੀਣ ਨੂੰ, ਅਤੇ ਸੁਬਾਹ ਖਾ ਕੇ ਤਾਂ ਕੁਛ ਆਏ ਨਹੀਂ ਗਏ ਸੀ, ਅਤੇ ਮੈਂ ਤਾਂ ਖਾ ਲਈ ਸੀ ਰੋਟੀ ਵਗੈਰਾ ਇਹਨਾਂ ਨੇ ਨਹੀਂ ਖਾਧੀ, ਅਤੇ ਇਸ ਕਰਕੇ ਪੁੱਛ ਲੈਂਦੇ ਇਹਨਾਂ ਨੇ ਖਾਣਾ ਪੀਣਾ, ਜੇ ਖਾਣਾ ਪੀਣਾ ਆਇਆ ਤਾਂ ਫਿਰ ਆਪਾਂ ਰੋਟੀ ਕੱਢਦੇ ਹਾਂ ਆਪਣੀ ਜਿਹੜੀ ਘਰੋਂ ਲੈ ਕੇ ਆਏ ਅਤੇ ਖਾਂਦੇ ਹਾਂ, ਅਤੇ ਫਿਲਹਾਲ ਇੱਕ ਵਾਰੀ ਆਹ ਵੇਖਦੇ ਹਾਂ ਉਹ ਪਿੱਛੇ ਦਾ ਕੈਫੇ, ਇੱਕ ਸੈਕਿੰਡ ਲਈ ਆ ਜਾਓ। ਆ ਵੀ ਭਾਰੇ ਚੱਲਦੇ ਪਏ, ਉੱਤੋਂ ਵੀ ਵੱਛ ਹਟਾਉਂਦੀ ਵੀ ਹਲਕੀ ਹਲਕੀ, ਇੱਥੇ ਨਹੀਂ ਆਉਂਦਾ ਪਾਣੀ ਕਹਿਣ ਨਾ। ਹੈਲੋ ਹਾਊ ਆਰ ਯੂ, ਡਰਦਾ ਬਹਿ ਜਵਾਕ, ਗੁੱਡ, ਗੋਰਿਆਂ ਦੇ ਜਵਾਕ ਵੀ ਖੇਡਦੇ ਪਏ ਇੱਥੇ, ਆ ਰਿਹਾ ਜਵਾਕ। ਹੈਲੋ ਹਾਏ ਹਾਊ ਆਰ ਯੂ, ਗੁੱਡ, ਯੈਸ। ਦੇਖੋ ਬਈ ਗੋਰਿਆਂ ਦੇ ਜਵਾਕ ਬੋਲਦੇ ਨਾ ਇੰਗਲਿਸ਼ ਘੈਂਟ, ਹਾਂ ਦਿਸ ਇਜ਼ ਕੈਮਰਾ, ਲੁੱਕ ਕੈਮਰਾ, ਸਿਹਾ ਏ ਘਰਦਿਆਂ ਨੇ ਪੀਣੀ ਆ ਚਾਹ, ਅਤੇ ਚਾਹ ਤਾਂ ਮੁਸ਼ਕਲ ਆ ਇੱਥੇ ਮਿਲਣੀ, ਕੌਫੀ ਮਿਲ ਜੂਗੀ, ਪਤਾ ਕਰ ਲੈਂਦੇ ਇੱਥੇ ਮਿਲਦੀ ਆ, ਚਾਏ ਲਾਤੇ ਮਿਲ ਜਾਂਦੀ ਆ, ਚਾਏ ਲਾਤੇ ਅਤੇ ਕੌਫੀ ਬਾਕੀ ਜਿਹੜੀ ਹੁੰਦੀ ਆ ਲਾਤੇ ਕੈਪੇਚੀਨੋ ਵਗੈਰਾ, ਅਤੇ ਚਾਹ ਤਾਂ ਮੁਸ਼ਕਲ ਆ ਪਰ ਫਿਰ ਵੀ ਪਤਾ ਕਰ ਲੈਣੇ ਜੇ ਮਿਲ ਜੇ ਤਾਂ, ਨਹੀਂ ਤਾਂ ਫਿਰ ਆਪਣੇ ਕੋਲ ਜਿਹੜੀ ਰੋਟੀ ਆ ਉਹ ਛਕਦੇ ਹਾਂ ਅਤੇ ਨਾਲ ਆਪਾਂ ਪੀਵਾਂਗੇ ਕੌਫੀ। ਜਵਾਕ ਵੇਖੀ ਕਿੱਡੇ ਘੈਂਟ ਨਾ, ਜਵਾਕ ਵੇਖ, ਜਵਾਕ ਬੜੇ ਘੈਂਟ ਆ ਗੋਰਿਆਂ ਦੇ, ਘਰੇ ਚਿੱਟੇ ਚਿੱਟੇ ਫਿਰਦੇ। ਯੈਸ ਪੈਟੀਆਂ ਵਿਖਾਓ ਬਈ, ਮੇਰੇ ਹੱਥ ਦੀਆਂ ਬਣਾਈਆਂ, ਆਹ ਬਣਾਈਆਂ ਮੈਂ ਪੈਟੀਆਂ, ਇਹ ਰਾਤੀ ਬਣਾਈਆਂ ਸੀਗੀਆਂ, ਅਤੇ ਆਪਾਂ ਲੈ ਕੇ ਆਏ ਪੈਟੀਆਂ ਅਤੇ ਨਾਲ ਆਪਣੇ ਹੈਗੀ ਡਰਿੰਕ, ਰੋਟੀ ਬਣਾਈ ਆ ਮੰਮੀ ਨੇ, ਨਰਦੀਪ ਨੇ ਬਣਾਇਆ ਵਾ, ਪਾਗਲ ਇਹ ਸੁੱਤੀ ਰਹੀ ਹੈ ਬਸ, ਹੈ ਨਾ, ਇਹਨੇ ਪਾਗਲ ਬਣਾਇਆ ਆਪਾਂ ਨੂੰ। ਚਲੋ ਵੀ ਆਪਦੇ ਹੱਥ ਦੀਆਂ ਪੈਟੀਆਂ ਕਿੱਦਾਂ ਦੀਆਂ ਲੱਗਦੀਆਂ ਖਾ ਕੇ ਵੇਖਦੇ ਹਾਂ, ਘੈਂਟ ਬਣੀਆਂ ਹੋਣੀਆਂ ਚਾਹੀਦੀਆਂ ਵੈਸੇ ਤਾਂ, ਆਪਾਂ ਟੇਸਟ ਨਹੀਂ ਕੀਤੀਆਂ, ਹੁਣ ਕਰਕੇ ਵੇਖਦੇ ਹਾਂ ਕਿੱਦਾਂ ਦੀਆਂ, ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ, ਅਤੇ ਅੱਗੇ ਵੇਖਦੇ ਹਾਂ ਅੱਗੇ ਆਪਾਂ ਨੂੰ ਕੀ ਵੇਖਣ ਨੂੰ ਮਿਲਦਾ ਵਾ। ਆਹ ਬਈ ਅੱਗੇ ਆ ਗਿਆ ਆਹ ਕੁਆਲਿਟੀ ਗੇਅਰ, ਅੱਛਾ ਇਹ ਕੀ ਆ, ਹਾਂ ਕੁੱਤੇ ਜੇ ਹੈ ਨਾ, ਨਹੀਂ ਨਹੀਂ ਹੋਣਗੇ, ਹੈਗੇ ਸੀ ਯਾਰ ਪਿਛਲੇ, ਮੈਨੂੰ ਪਤਾ ਵਾ। ਇਹ ਬਈ ਹੈਗੇ ਕੰਗਾਰੂ, ਕੈਂਗਰੂ, ਇਹ ਹੈਗਾ ਆਸਟ੍ਰੇਲੀਆ ਦਾ ਨੈਸ਼ਨਲ ਐਨੀਮਲ, ਅਤੇ ਇਹ ਜਿਵੇਂ ਕੰਗਾਰੂ ਦੀ ਥੈਲੀ ਹੁੰਦੀ ਆ, ਇੱਥੇ ਢਿੱਡ ਦੇ ਵਿੱਚ ਥੈਲੀ ਬਣੀ ਹੁੰਦੀ ਆ, ਉਹਦੇ ਵਿੱਚ ਆਪਦੇ ਜਾਂ ਬੱਚੇ ਨੂੰ ਰੱਖਦਾ ਹੁੰਦਾ ਵਾ। ਇਹ ਗਾਂਹ ਜਾ ਕੇ ਆਉਣਗੇ, ਆਪਾਂ ਗਾਂਹ ਜਾ ਕੇ ਵੇਖਦੇ ਹਾਂ ਕੀ ਆਉਂਦੇ ਆ, ਇਹ ਵੀ ਤੁਹਾਨੂੰ ਦਿਖਾਉਂਦੇ ਹਾਂ ਆਸਟ੍ਰੇਲੀਆ ਦਾ ਨੈਸ਼ਨਲ ਐਨੀਮਲ ਕਿੱਦਾਂ ਦਾ ਵਾ। ਕੰਗਾਰੂ, ਕੰਗਾਰੂ ਦੋ ਤਿੰਨ ਤਰ੍ਹਾਂ ਦੇ ਹੁੰਦੇ ਆ, ਲਾਲ ਰੰਗ ਦਾ ਇੱਕ ਆਹ ਹੁੰਦਾ, ਅਤੇ ਇਹਨਾਂ ਨੇ ਇਹ ਲਿਖਿਆ ਵਾ 2 ਮੀਟਰ ਲੰਬਾ ਹੋ ਸਕਦਾ ਕੰਗਾਰੂ, ਇੱਕ ਐਡਾ ਲੰਬਾ, ਅਤੇ ਛਾਲ ਮਾਰ ਸਕਦਾ 9 ਮੀਟਰ ਲੰਬੀ, 9 ਮੀਟਰ ਲੰਬੀ ਛਾਲ, ਬਹੁਤ ਵੱਡੀ ਹੋ ਗਈ ਛਾਲ ਹੈ ਨਾ ਉਹਦਾ, ਇੱਕ ਵਾਰੀ ਦੇ ਵਿੱਚ 9 ਮੀਟਰ ਛਾਲ, ਇੰਨੀ ਛਾਲ ਮਾਰ ਜਾਂਦਾ। ਅਤੇ ਚਲੋ ਇੱਥੇ ਵੇਖਦੇ ਹਾਂ ਕੰਗਾਰੂ ਹੈਗੇ ਆ ਕਿ ਨਹੀਂ, ਅੱਗੇ ਹੋਣਗੇ ਜਾਂ ਇੱਥੇ ਕਿਤੇ ਹੋਣਗੇ। ਔਰ ਇਹ ਕੰਗਾਰੂ ਬਈ, ਉਹ 3-4 ਆ ਵੇ 4, ਉਹ ਦੇਖੋ ਚਿੱਟਾ ਵੀ ਹੈਗਾ, ਚਿੱਟਾ ਵੀ ਹੈਗਾ, ਔਰ ਇਹ ਵੇ ਕੰਗਾਰੂ, ਉਹ ਦੇਖਦੇ ਵੇ ਛੋਟੇ ਛੋਟੇ, ਉਹ ਵੇਰੇ ਉਹ ਫਿਰਦਾ, ਉਹ ਚਿੱਟਾ ਕੰਗਾਰੂ ਆ ਬਈ, ਇੱਕ ਲਾਲ, ਇੱਕ ਉਹ ਪਰਾਂ ਫਿਰਦਾ, ਆਹ ਕੀ ਆ, ਇਹ ਹੋਰ ਇਹ ਹੈ ਉਹੀ ਆ, ਬੱਚਾ ਜਿਹਾ ਲੱਗਦਾ ਹੈ ਨਾ, ਇਹ ਆਹ ਆ ਵੇ ਆਹ ਲਾ ਕਬੂਰਾ, ਕਬੂਰਾ ਇਹ ਆਹ ਲਾ ਕਬੂਰਾ, ਹਾਂ ਉਹ ਬੈਠਾ, ਆਹ ਖਾਣ ਲਈ ਰੱਖਿਆ ਬਈ ਇਹਨਾਂ ਨੇ, ਆਹ ਸਾਰੇ ਨਾ ਪੱਤੇ ਪੁੱਤੇ ਜਿਹੜੇ ਇਹਨਾਂ ਨੇ ਟੰਗ ਤੇ ਹੋਏ ਆ, ਅਤੇ ਇਹ ਹੁੰਦੇ ਆ ਵੈਜੀਟੇਰੀਅਨ ਹੁੰਦੇ ਆ ਵੈਸੇ, ਇਹ ਕੋਈ ਨੋਨ ਵੈਜ ਵਗੈਰਾ ਨਹੀਂ ਖਾਂਦੇ, ਇਹ ਖਾਂਦੇ ਆ ਪੱਤੇ ਵਗੈਰਾ ਖਾਂਦੇ ਆ, ਇਹਨਾਂ ਦੀ ਕੋਈ ਖੁਰਾਕ ਹੋਊਗੀ ਆ ਸਪੈਸ਼ਲ ਕੋਈ, ਪੱਤੇ ਪੁੱਤੇ ਪਤਾ ਨਹੀਂ ਕਾਹਦੇ ਆ ਪਰ ਇਹ ਖਾਂਦੇ ਇਹ। ਉਹ ਬਈ ਇਹਦਾ ਛੋਟਾ ਜਿਹਾ ਘਰ ਕੰਗਾਰੂ ਦਾ, ਉਹ ਰਿਹਾ ਨਿੱਕੂ ਜਿਹਾ,
ਅੱਗੇ ਲੱਗੇ ਪਰਦੇ ਕਰਟਨ ਲਾਏ ਹੋਏ ਨੇ ਉਹਦੇ ਚ ਪੈਂਦੇ ਹੋਣੇ ਨਾ ਦੈਟਸ ਨਾਈਸ ਹਾਂ ਪੂਰੀ ਲਗਜ਼ਰੀ ਫੀਲਿੰਗ ਹੈ ਹਰ ਤਾਂ ਹੈ ਲਗਜ਼ਰੀ ਤੂੰ ਬਹਿ ਜਾ ਖਾ ਸਾਰੀ ਦਿਹਾੜੀ ਬਿਠਾਈ ਬੈਠੀ ਰਹਿ ਇੱਥੇ ਫਿਰ ਤੈਨੂੰ ਪਤਾ ਲੱਗੂ ਲਗਜ਼ਰੀ ਕਿਹੜੀ ਆ ਆ ਤਾੜ ਕੇ ਰੱਖਿਆ ਵਿਚਾਰਿਆਂ ਨੂੰ ਪੂਰਾ ਘੈਂਟ ਇਨਵਾਇਰਮੈਂਟ ਆ ਜੰਗਲ ਫੀਲਿੰਗ ਆ ਪੂਰਾ ਜੰਗਲ ਬਣਿਆ ਹੋਇਆ ਘੈਂਟ ਅਤੇ ਆਹ ਆ ਗਈ ਬਈ ਜਗ੍ਹਾ ਸਪੋਰਟ ਆ ਗਿਆ ਫੋਟੋ ਕਰਾਉਣ ਨੂੰ ਜੇ ਕਿਸੇ ਨੇ ਫੋਟੋ ਕਰਾਉਣੀ ਆ ਤਾਂ ਆਪਾਂ ਦੇਖਦੇ ਹਾਂ ਇੱਥੇ ਫੋਟੋ ਕਰਾਉਂਦੇ ਬਹਿ ਕੇ ਫਿਰ ਅੱਗੇ ਆਹ ਆ ਗਿਆ ਰੈੱਡ ਪਾਂਡਾ ਅੱਛਾ ਰੈੱਡ ਪਾਂਡਾ ਅੱਗੇ ਜਾ ਕੇ ਆਊਗਾ ਫਿਰ ਆਪਾਂ ਨੂੰ ਅੱਗੇ ਜਾ ਕੇ ਮਿਲ ਰਿਹਾ ਵਾ ਇੱਕ ਆਹ ਇਹ ਹੈਗਾ ਏਸ਼ੀਅਨ ਰੇਨ ਫੋਰੈਸਟ ਇਹ ਵੀ ਰੈੱਡ ਪਾਂਡਾ ਹੀ ਆ ਇਹ ਪਾਂਡਾ ਵਾ ਬਈ ਇੱਕ ਤੁਹਾਨੂੰ ਇੱਕ ਜਾਨਵਰ ਵਿਖਾਉਣਾ ਵਾ ਜਿਹੜਾ ਨਾ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਮਿਲਦਾ ਵਾ ਹੋਰ ਕਿਤੇ ਨਹੀਂ ਮਿਲੂਗਾ ਤੁਹਾਨੂੰ ਇਹਨੂੰ ਕਹਿੰਦੇ ਆ ਕੁਆਕਾ ਇਹ ਇੱਥੇ ਹੀ ਮਿਲਦਾ ਵਾ ਇਹ ਆਹ ਦੇਖੋ ਇੱਕ ਜਾਨਵਰ ਇਹ ਹੈਗਾ ਕੁਆਕਾ ਠੀਕ ਆ ਕੁਆਕਾ ਆਹ ਜਾਨਵਰ ਹੁੰਦਾ ਵਾ ਅਤੇ ਇਹ ਹੈਗਾ ਇੱਕ ਇੱਥੇ ਆਈਲੈਂਡ ਆ ਜਿਹਦਾ ਨਾਂ ਹੈਗਾ ਰੋਟਨੈਸ ਆਈਲੈਂਡ ਤੁਹਾਨੂੰ ਕਿਸੇ ਦਿਨ ਵਿਖਾਵਾਂਗੇ ਉਹ ਆਈਲੈਂਡ ਵੀ ਉੱਥੇ ਹੀ ਮਿਲਦਾ ਵਾ ਇਕੱਲਾ ਇਹ ਹੋਰ ਕਿਤੇ ਨਹੀਂ ਹੋਊਗਾ ਇਹ ਹੋ ਸਕਦਾ ਚਿੜੀਆ ਘਰ ਦੇ ਵਿੱਚ ਰੱਖਿਆ ਹੋਵੇ ਪਰ ਤੁਹਾਨੂੰ ਹੋਰ ਕਿਤੇ ਨਹੀਂ ਮਿਲ ਸਕਦਾ ਇਹ ਅਤੇ ਉਹ ਬੈਠਾ ਇਹ ਜਾਨਵਰ ਉਹ ਬੈਠਾ ਅਤੇ ਉਹ ਬੈਠਾ ਇਹ ਆਹ ਬੈਠਾ ਉਹ ਨਿੱਕੂ ਹੀ ਆ ਠੀਕ ਆ ਖਰਗੋਸ਼ ਵਰਗਾ ਹੀ ਆ ਪਰ ਇਹ ਆਸਟ੍ਰੇਲੀਆ ਦੇ ਵਿੱਚ ਹੀ ਮਿਲੂਗਾ ਤੁਹਾਨੂੰ ਹੋਰ ਕਿਤੇ ਨਹੀਂ ਮਿਲੂਗਾ ਇਹ ਇੱਥੋਂ ਦਾ ਇੱਕ ਰੇਅਰ ਜਾਨਵਰ ਆ ਆਪਾਂ ਵੇਖ ਲਿਆ ਆਪਾਂ ਆਹ ਵੀ ਵੇਖ ਲਿਆ ਆਹ ਸੀਗਾ ਕੰਡਿਆਂ ਵਾਲਾ ਕੰਗਾਰੂ ਵੇਖ ਲਿਆ ਈਮੋ ਵੀ ਵੇਖ ਲਿਆ ਡਿੰਗੋ ਉੱਥੇ ਵਿਖਿਆ ਨਹੀਂ ਅੰਦਰ ਸੁੱਤਾ ਪਿਆ ਲੱਗਦਾ ਕਿਤੇ ਆਹ ਆਹ ਵੇਖ ਲਿਆ ਆਪਾਂ ਨਾ ਆਹ ਰਹਿ ਗਏ ਕੁਆਲਾ ਰਹਿ ਗਿਆ ਅਤੇ ਤਸਮਾਨੀਆ ਡੈਬਿਲ ਇਹ ਰਹਿ ਗਿਆ ਇਹ ਚੱਲਦੇ ਆਪਾਂ ਅੱਗੇ ਵੇਖਣ ਚਲੋ ਅਵੇ ਆਹ ਆਹ ਜਾਨਵਰ ਕਹਿੰਦਾ ਪਿਆ ਸੀ ਬਈ ਤੁਹਾਨੂੰ ਸਾਰਿਆਂ ਨੂੰ ਆਹ ਵਾਲਾ ਜਾਨਵਰ ਆ ਕੁਆਲਾ ਕੁਆਲਾ ਦੀ ਟਾਈਮ ਇਹ ਸਿਰਫ ਆਸਟ੍ਰੇਲੀਆ ਵਾਲਾ ਜਾਨਵਰ ਆ ਅਤੇ ਅਗਰ ਕਮੈਂਟ ਦੇ ਵਿੱਚ ਦੱਸਿਓ ਤੁਸੀਂ ਵੇਖਿਆ ਕਿਤੇ ਕਿ ਨਹੀਂ ਵੇਖਿਆ ਜੇ ਤਾਂ ਆਸਟ੍ਰੇਲੀਆ ਰਹਿੰਦੇ ਫਿਰ ਤਾਂ ਵੇਖਿਆ ਹੋਊਗਾ ਪਰ ਅਗਰ ਤੁਸੀਂ ਮੇ ਬੀ ਬਾਹਰ ਹੋ ਕਿਤੇ ਫਿਰ ਨਹੀਂ ਵੇਖਿਆ ਹੋਊਗਾ ਚਿੜੀਆ ਘਰ 'ਚ ਜ਼ਰੂਰ ਵੇਖ ਜੂਗਾ ਤੁਹਾਨੂੰ ਅਤੇ ਆਪਾਂ ਇੱਥੇ ਵੇਖਦੇ ਹਾਂ ਹੋਰ ਕਿਹੜਾ ਕੜਾ ਇੱਥੇ ਥੱਲੇ ਹੈਗਾ ਇਹ ਕੰਗਾਰੂ ਹੈ ਵੀ ਅੱਛਾ ਹਾਂ ਕੌ ਫਰਦਾ ਪਰਾਂ ਉਹ ਦੇਖੋ ਬਈ ਉਹ ਜਿਹੜਾ ਕੰਗਾਰੂ ਆ ਨਾ ਉਹ ਵਾਲਾ ਪਰਲਾ ਕੰਗਾਰੂ ਉਹਦੇ ਉੱਤੇ ਹੀਟਰ ਲਾਇਆ ਹੈ ਤਾਂ ਦੇਖ ਲਓ ਇੰਨਾ ਧਿਆਨ ਰੱਖਦੇ ਇੱਥੇ ਜਾਨਵਰਾਂ ਦਾ ਇੱਥੇ ਇਹ ਨਹੀਂ ਗਾ ਕਿ ਤੁਹਾਨੂੰ ਡਾਇਟ ਜਿਹੜੀ ਇਹਨਾਂ ਨੂੰ ਮਿਲਦੀ ਆ ਐਵੇਂ ਰਫਾ ਦਫਾ ਮਿਲਦੀ ਆ ਘੈਂਟ ਡਾਇਟ ਮਿਲਦੀ ਆ ਜੋ ਵੀ ਇਹਨਾਂ ਨੂੰ ਵਧੀਆ ਇਹਨਾਂ ਨੇ ਖਾਣਾ ਹੁੰਦਾ ਉਹੀ ਕੁਛ ਮਿਲਦਾ ਇਹਨਾਂ ਨੂੰ ਅਤੇ ਉਹ ਇਹਨਾਂ ਦੀ ਠੰਡ ਲੱਗਣ ਤੋਂ ਬਚਣ ਲਈ ਉਹਨਾਂ ਨੂੰ ਹੀਟਰ ਲਾ ਕੇ ਦਿੱਤਾ ਹੈ ਪਰਾਂ ਠੀਕ ਆ ਇੱਕ ਉਹ ਇਹ ਡੈਵਿਲ ਇਹ ਹੈਗਾ ਬੈਟਰ ਦੀ ਡੈਵਿਲ ਇੱਕ ਇਹ ਅਵੇ ਅਵੇ ਆ ਗਿਆ ਆ ਗਿਆ ਇੱਧਰ ਵੇਖੋ ਅਵੇ ਤੁਰਿਆ ਦਾ ਅਵੇ ਅਵੇ ਕੱਛੂ ਘੁੰਮਾ ਜਾ ਕੀ ਹੈ ਇਹ ਬੈਟਰ ਦਾ ਡੈਵਿਲ ਓਵੇ ਓਵੇ ਰਿਹਾ ਓਵੇ ਰਿਹਾ ਓਵੇ ਰਿਹਾ ਓ ਰਿਹਾ ਉਹ ਵੈਸੇ ਤਾਂ ਚੂਹਿਆਂ ਵਾਲਾ ਮੂੰਹ ਹੈ ਨਾ ਮੂੰਹ ਚੂਹਿਆਂ ਵਾਲਾ ਪਰ ਹੈ ਹੋਰ ਕੁਛ ਵੱਡੇ ਆ ਡੈਵਿਲ ਇਹ ਹੈਗਾ ਬਈ ਤਸਮਾਨੀਆ ਸ਼ਹਿਰ ਹੈ ਨਾ ਜਿਹੜਾ ਇੱਥੇ ਦਾ ਤਸਮਾਨੀਆ ਤਸਮਾਨੀਆ ਹੈਗਾ ਇੱਥੇ ਆਹ ਹੈਗਾ ਆਸਟ੍ਰੇਲੀਆ ਦਾ ਨਕਸ਼ਾ ਪਰਥ ਇੱਥੇ ਅਸੀਂ ਇੱਥੇ ਹਾਂ ਆਹ ਤਸਮਾਨੀਆ ਇੱਥੋਂ ਦਾ ਇਹ ਆ ਮਤਲਬ ਉੱਥੇ ਉੱਥੇ ਪਾਇਆ ਜਾਂਦਾ ਹੋਊਗਾ ਫਿਰ ਇਹਦਾ ਮਤਲਬ ਬਈ ਉਹੀ ਕੁਆਲਾ ਹਾਂ ਹੋਰ ਆ ਇਹ ਨਾ ਤੁਹਾਨੂੰ ਪਤਾ ਇਹ ਇਹ ਮੈਨੂੰ ਲੱਗਦਾ ਜ਼ਿਆਦਾ ਟਾਈਮ ਨਾ ਆਪਦਾ ਸੌਂਦਾ ਹੀ ਆ ਇਹ ਇਹ ਸੁਸਤੀ ਜਾਨਵਰ ਆ ਇਹ ਜ਼ਿਆਦਾ ਟਾਈਮ ਸੌਂਦਾ ਹੀ ਆ ਇਹ ਇਹਨੂੰ ਨੀਂਦ ਜ਼ਿਆਦਾ ਆਉਂਦੀ ਆ ਆਹ ਇਹਨਾਂ ਦੀ ਬਈ ਗੱਡੀ ਹੋਊਗੀ ਜਿਹੜੇ ਇੱਥੇ ਕਰਦੇ ਹੋਣਗੇ ਨਾ ਅੰਦਰ ਪੁੱਛ ਇਹਨਾਂ ਨੂੰ ਜਾਨਵਰਾਂ ਨੂੰ ਖਾਣਾ ਪੀਣਾ ਪਾਉਂਦੇ ਹੋਣਗੇ ਚਲੋ ਹੁਣ ਆਪਾਂ ਚੱਲਦੇ ਹਾਂ ਅੱਗੇ ਅਤੇ ਅੱਗੇ ਕੋਈ ਵੱਡੇ ਵੱਡੇ ਜਾਨਵਰ ਵੇਖਦੇ ਹਾਂ ਅੱਗੇ ਵੱਡੇ ਵੱਡੇ ਜਾਨਵਰ ਕੋਈ ਆਉਂਦੇ ਆ ਆਉਣਗੇ ਪਰ ਉਹ ਗਾਂਹ ਜਾ ਕੇ ਆ ਵੋਕ ਬਹੁਤ ਜ਼ਿਆਦਾ ਯਾਰ ਅੱਛਾ ਇੱਥੇ ਆਹ ਵਾ ਕੋਂਬੋ ਡਰੈਗਨ ਆਹ ਵਾ ਮੈਨ ਈਟਰ ਅੱਛਾ
ਬੰਦੇ ਨੂੰ ਖਾਣ ਵਾਲੇ ਆ ਇਹ ਹਬਸ਼ੀ ਆ ਇੱਕ ਹਿਸਾਬ ਦੇ। ਆ ਜਾ ਵੇਖਦੇ ਅੰਦਰ ਹੋਊਗਾ। ਲਿਜਰਡਸ ਕਹਿੰਦੇ ਸ਼ਾਇਦ ਇਹਨਾਂ ਨੂੰ। ਹਾਂ ਉਹੀ ਆ ਲਿਜਰਡਸ ਹੀ ਆ, ਲਿਜਰਡਸ ਹੀ ਆ। ਓਕੇ ਦ ਵਰਲਡ ਲਾਰਜੈਸਟ ਲਿਜਰਡ ਆ ਬਾਬ ਜਿਹੜੇ ਉਹ ਖਾਂਦੇ ਹੁੰਦੇ ਨਾ ਜਾਨਵਰਾਂ ਨੂੰ। ਆ ਵੇ ਬੈਠਾ ਵੇਖਦਾ ਹੀ ਨਹੀਂ ਗਾ। ਆ ਬੈਠਾ ਬਈ ਹੋ ਸਕਦਾ ਦੋ ਹੋਣੇ ਵੀ। ਇਹ ਖਾ ਜਾਂਦਾ ਇਹਦਾ ਮੂੰਹ ਖੋਲ੍ਹ ਕੇ ਮੈਂ ਵੇਖੀਆਂ ਵੱਡੀਆਂ ਵੱਡੀਆਂ ਇਹ ਪੂਰੇ ਲੰਘਾ ਜਾਂਦੇ ਜਾਨਵਰ ਨੂੰ, ਹਿਰਨ ਪੂਰੇ ਖਾ ਜਾਂਦੀ ਇੱਕ ਵਾਰੀ ਚ। ਐਡੇ ਤਕੜੇ ਹੁੰਦੇ ਇਹ। ਮੈਨ ਈਟਰ ਹਾਂ ਬਹੁਤ ਤਕੜੇ ਹੁੰਦੇ ਬਈ। ਆ ਰਿਹਾ ਵਾ ਪਾਂਡਾ ਤੇ ਬੰਦ ਆ ਲੰਗੂਰ ਤੇ ਪਾਂਡੇ। ਚਲੋ ਵੇਖੀ ਜਾ ਕੇ ਪਾਂਡਾ ਤੇ ਲੰਗੂਰ। ਰੈਡ ਪਾਂਡਾ ਵੇਖੋ ਕਿੱਥੇ ਆ। ਹਾਂ ਹੈਂ ਇੱਥੇ ਕਿਤੇ ਬੈਠਾ ਹੋਣਾ ਦਰਖਤ ਹੈ ਇਹਦਾ ਮਤਲਬ। ਇੱਕ ਤਾਂ ਯਾਰ ਲੱਭਣੇ ਬੜੇ ਔਖੇ ਆ, ਦਰਖਤਾਂ 'ਤੇ ਬੈਠੇ ਹੋਏ ਆ ਸਾਰੇ। ਲੱਭੋ ਮੈਂ ਤਾਂ ਲੱਭ ਲਿਆ, ਮੈਂ ਤਾਂ ਲੱਭ ਲਿਆ। ਲੱਭੋ ਸਾਰੇ ਲੱਭੋ ਕਿੱਥੇ ਆ। ਲੱਭ ਲਿਆ ਲੱਭ ਲਿਆ ਲੱਭ ਲਿਆ। ਓ ਬੈਠਾ ਮੰਮੀ ਏ ਓ ਤੇ ਕੋਈ ਓ ਬੈਠਾ ਓ ਵੀ ਬੈਠਾ ਰੈਡ ਪਾਂਡਾ ਬਹੁਤ ਉੱਚੀ ਆ ਬੈਠਾ ਉਹ ਦਰਖਤ ਤੇ ਬੈਠਾ ਆ ਬਈ। ਇਹ ਹੈਗਾ ਰੈਡ ਪਾਂਡਾ। ਇੱਥੇ ਬਈ ਆ ਗਏ ਹੁਣ ਲੰਗੂਰਾਂ ਵਾਲੀ ਜਗ੍ਹਾ ਤੇ ਜਿੱਥੇ ਹੋਣਗੇ ਲੰਗੂਰ। ਓ ਬੈਠਾ ਲੰਗੂਰ ਹਾਂ ਓ ਪਰਾਂ ਬੈਠਾ ਪਿੱਛੇ। ਇਹ ਪਿੱਛੇ ਜਾਣਾ ਪੈਣਾ ਵਾ ਪਿੱਛੋਂ ਦੀ ਵੇਖਣੇ ਪੈਣੇ ਜਾ ਕੇ ਬਈ। ਮੰਮੀ ਕਹਿੰਦੀ ਆ ਮੈਨੂੰ ਇੰਨਾ ਤਰਾਇਆ ਆਇਆ ਵਾ ਹੈ ਤੇ ਸਾਰੇ ਜਾਨਵਰਾਂ ਨੂੰ ਇੱਕ ਜਗ੍ਹਾ 'ਤੇ ਪਾ ਕੇ ਰੱਖ ਦਿਉ ਉੱਥੇ ਵੇਖ ਲਵਾਂਗੇ ਹੈਂ। ਇੱਕ ਜਗ੍ਹਾ 'ਤੇ ਸਾਰਿਆਂ ਨੂੰ ਰੱਖ ਦਈਏ ਅਤੇ ਵੇਖ ਕੇ ਅਤੇ ਘਰ ਚਲੀਏ। ਹੁਣ ਤੁਰਨਾ ਤਾਂ ਪੈਣਾ ਹੀ ਆ ਇੱਥੇ ਬਈ, ਵੋਕ ਬਹੁਤ ਜ਼ਿਆਦਾ ਆ। ਸੋ ਇਸ ਕਰਕੇ ਅਗਰ ਤੁਸੀਂ ਆਪਦੇ ਪੇਰੈਂਟਸ ਨਾਲ ਆਉਂਦੇ ਹੋ ਤਾਂ ਥੋੜ੍ਹਾ ਜਿਹਾ ਬਈ ਉਸ ਨਾਲ ਇੱਕ ਤਾਂ ਬੂਟ ਬਾਟ ਉਹੋ ਜਿਹੇ ਪਾ ਕੇ ਆਓ ਤਾਂ ਕਿ ਤੁਰਿਆ ਜ਼ਿਆਦਾ ਜਾਵੇ, ਠੀਕ ਆ। ਅਤੇ ਬਾਕੀ ਖਾਣ ਪੀਣ ਵਾਲਾ ਸਮਾਨ ਅਗਰ ਟਰੋਲੀ ਹੈਗੀ ਤਾਂ ਉਹ ਵੀ ਨਾਲ ਲੈ ਕੇ ਆਓ ਤਾਂ ਕਿ ਉਹਦੇ 'ਚ ਸਮਾਨ ਰੱਖ ਲਓ ਖਾਣ ਪੀਣ ਵਾਲਾ। ਅਤੇ ਤੁਰਨਾ ਬਹੁਤ ਔਖਾ ਵਾ ਇਸ ਕਰਕੇ ਆਪਦਾ ਫੈਮਿਲੀ ਦੇ ਨਾਲ ਹੈ ਨਾ ਤੁਸੀਂ ਆਉਂਦੇ ਹੋ ਤਾਂ ਧਿਆਨ ਨਾਲ ਪਹਿਲਾਂ ਹੀ ਵੇਖ ਕੇ ਆਓ ਆਪਦਾ। ਉਹ ਪਿਛਲੀ ਸਾਈਡ ਆਪਾਂ ਗਏ ਨਾ ਜਿੱਧਰ ਉਹ ਸੀਗੇ ਚਿੰਪੈਂਜੀ ਜੀ, ਹੁਣ ਇੱਧਰੋਂ ਸਹੀ ਵੇਖਣਗੇ, ਉੱਧਰੋਂ ਨਹੀਂ ਵੇਖਦੇ ਪਏ ਸੀ। ਚਿੰਪੈਂਜੀ ਨਹੀਂ ਗੇ ਇਹ ਹੈਗੇ ਆ ਮੰਕੀ ਲੰਗੂਰ। ਇੱਧਰ ਆਓ ਇੱਧਰ, ਉਹਨੇ ਨਿਕਲ ਜਾਣਾ ਵਾ ਉਹ ਵੇਖੋ ਭਾਲੂ ਜਾ ਉਹ ਨਿਕਲ ਗਿਆ ਉਹ ਗਿਆ ਉਹ ਗਿਆ। ਫਿਰ ਤੁਸੀਂ ਕਹੋਗੇ ਵੇਖਿਆ ਨਹੀਂ ਮੈਂ ਇੱਥੇ ਆ ਕੇ ਕੁਛ। ਉਹ ਪਿੱਛੇ ਭੱਜ ਗਿਆ ਭਾਲੂ ਸੀਗਾ, ਚਿੜੀ ਤਾਂ ਨਹੀਂ ਪਤਾ ਭਾਲੂ ਜਾ ਸੀਗਾ ਉਹ ਆ ਸੀਗਾ ਆਹ ਬੀਅਰ ਆ ਬੀਅਰ ਤਾਂ ਬੀਅਰ ਭਾਲੂ ਹੀ ਹੁੰਦਾ ਐਵੇਂ ਬੀਅਰ ਕੀ ਹੁੰਦਾ ਭਾਲੂ ਹੀ ਹੁੰਦਾ ਔਰ ਕੀ ਹੁੰਦਾ ਇਹੀ ਸੀਗਾ ਭਾਲੂ ਸੀਗਾ ਬਈ। ਉਹ ਪਿੱਛੇ ਚਲਾ ਗਿਆ ਉਹ ਵੇਖਿਆ ਨਹੀਂ ਤੁਸੀਂ ਯਾਰ। ਉਹ ਰਿਹਾ ਉਹ ਰਿਹਾ ਉਹ ਰਿਹਾ ਉਹ ਵੀ ਰਿਹਾ ਉਹ ਦੇਖੋ ਉਹ ਵੀ ਰਿਹਾ ਉਹ ਰਿਹਾ ਉਹ ਅੰਦਰ ਵੜ ਗਿਆ ਇਹ ਹੁਣ ਆਉਂਦਾ ਪਿਆ ਇੱਧਰ ਨੂੰ ਹਾਂ। ਮੰਮੀ ਕਹਿੰਦੀ ਉਹ ਦੇਖ ਕੱਟਾ ਜਾ ਫਿਰਦਾ ਕੱਟਾ ਨਹੀਂ ਗਾ ਇਹ ਭਾਲੂ ਆ ਉਹ ਆ ਗਿਆ ਕੱਟਾ ਕੱਟਾ ਹੀ ਕਹੀ ਜਾਂਦੇ ਆ ਮੰਮੀ ਨੂੰ ਮੱਝਾਂ ਕੱਟੇ ਯਾਦ ਆਉਂਦੇ ਆ ਗਿਆ ਬਈ ਭਾਲੂ ਆ ਰਿਹਾ। ਮੈਂ ਪਹਿਲੀ ਵਾਰੀ ਵੇਖਿਆ ਵਾ ਮੈਂ ਨਹੀਂ ਵੇਖਿਆ ਕਦੇ ਭਾਲੂ ਆ ਰਿਹਾ ਆ ਗਿਆ ਹਾਥੀ ਆ ਗਿਆ ਬਈ ਇੱਥੇ ਬੁੱਲ ਐਲੀਫੈਂਟ। ਚਲੋ ਬਈ ਦੇਖ ਕੇ ਆਈਏ ਹਾਥੀ। ਇੱਥੇ ਬਈ ਜਿਹੜੇ ਹਾਥੀ ਆ ਦੋ ਤਰ੍ਹਾਂ ਦੇ ਹਾਥੀ ਰੱਖੇ ਇਹਨਾਂ ਨੇ, ਇੱਕ ਹੈਗਾ ਏਸ਼ੀਅਨ ਆਪਣੇ ਜਿਹੜੇ ਉੱਧਰਲੇ ਇੱਕ ਅਫਰੀਕਨ ਆ ਏਸ਼ੀਅਨ ਇੱਦਾਂ ਦਾ ਵਾ
ਤੇ ਅਫਰੀਕਨ ਥੋੜਾ ਜਿਹਾ ਆ ਬਰਾਊਨ ਕਲਰ, ਆ ਬਰਾਊਨ ਕਲਰ ਆ ਥੋੜਾ ਜਿਹਾ ਹੈਗਾ ਵਾ, ਥੋੜਾ ਜਿਹਾ ਇਹ ਗ੍ਰੇ ਕਲਰ ਦਾ ਆ ਖੜਾ ਇੱਕ ਬਈ। ਏਸ਼ੀਅਨ ਦੂਸਰਾ ਉਧਰ ਇਹ ਹੈਗਾ ਦੂਜਾ ਹਾਥੀ ਆ ਨਾ, ਇਹ ਕਿਹੜਾ ਵਾ ਹਿਊਮਨ ਇਨ ਦਾ ਹਾਰਟ, ਅੱਛਾ ਇੱਕ ਆਹ ਖੜੀ ਬਈ। ਇਹਦੇ ਉੱਤੇ ਕੀ ਹੋਇਆ ਨਾ ਇਹਦੇ, ਸਹੀ ਗੱਲ ਆ, ਵੱਡੇ ਜਾਨਵਰ ਅੱਗੇ ਜਾ ਕੇ ਆਉਣਗੇ ਨਾ ਮੰਮੀ। ਹੁਣ ਆਪਾਂ ਵੇਖੀਏ ਚੀਤਾ, ਸ਼ੇਰ, ਜਿਰਾਫ, ਜੈਬਰਾ, ਇਹੋ ਜਿਹੀਆਂ ਵੇਖੀਆਂ ਚੀਜ਼ਾਂ। ਹਾਂ ਇਹ ਗਾਂ ਜਾ ਕੇ ਵੇਖਦੇ ਆ। ਹੁਣ ਤੱਕ ਤਾਂ ਆਪਾਂ ਵੇਖੇ ਸਾਰੇ ਕਤੂਰੇ ਪਿੱਲੇ ਜੇ। ਇੱਥੇ ਆਉਣਗੇ ਚਿੰਪੈਂਜੀ, ਵੈਲਕਮ ਟੂ ਜੰਗਲ, ਚਿੰਪੈਂਜੀ ਆਉਣਗੇ ਹੁਣ ਇੱਥੇ। ਉਹ ਬੈਠਾ, ਉਹ ਬੈਠਾ, ਉਹ ਵੇ, ਉਹ ਬੈਠਾ ਰਹੇ ਜੀ, ਹਾਂ ਉਹ ਬੈਠਾ ਚਿੰਪੈਂਜੀ ਅੱਗੇ। ਉਹ ਰਿਹਾ, ਉਹ ਰਿਹਾ, ਉਹ ਰਿਹਾ, ਉਹ ਵੇਖੋ ਬੈਠੇ, ਉਹ ਵੇ ਰਿਹਾ, ਉਹ ਵੇ ਉਰਦਾ, ਹਾਂ ਬਸ ਇੱਦਾਂ ਹੀ। ਉਹ ਦੇਖੋ ਕਿੱਥੇ ਚੜਿਆ, ਚਿੰਪੈਂਜੀ ਆ, ਇੱਕ ਆਹ ਬੈਠਾ, ਆਹ ਬੈਠਾ, ਉਹ ਦੇਖੋ ਕਿੱਥੇ ਉਹ ਪਰਾਂ ਫਿਰਦਾ, ਇੱਕ ਉਹ ਬੈਠਾ, ਇੱਕ ਉਹ ਬੈਠਾ, ਉਹ ਵੀ ਬੈਠਾ ਇੱਕ, ਸਾਰਿਆਂ ਦੇ ਅਲੱਗ ਅਲੱਗ ਘਰ ਆ। ਉਹ ਬੈਠਾ, ਉਹ ਵੀ ਬੈਠਾ, ਉਹ ਬੈਠਾ ਗੰਨੇ ਚੂਬਦਾ ਪਿਆ, ਗੰਨੇ ਚੂਬਦਾ ਪਿਆ, ਉਹ ਵੇ ਹਾਂ ਗੰਨਾ ਹੀ ਹੈ ਨਾ ਜੀ, ਗੰਨਾ ਹੀ ਲੱਗਦਾ ਮੈਨੂੰ ਤਾਂ, ਗੰਨਾ ਹੀ ਚੁੱਪਦਾ ਪਿਆ। ਸਾਰਿਆਂ ਦਾ ਅਲੱਗ ਅਲੱਗ ਘਰ ਬਣਾਇਆ ਇਹਨਾਂ ਨੇ, ਇਹ ਹੈਗੇ ਚਿੰਪੈਂਜੀ ਆ ਨਾ, ਇੱਕ ਉਹ ਪਰਾਂ ਸਾਰਿਆਂ ਦੇ ਅਲੱਗ ਅਲੱਗ ਘਰ, ਅਤੇ ਇਹ ਹੈਗੇ ਆਹ ਆਹ ਦੇਖੋ ਆਹ ਵਾ, ਐਡੇ ਹੱਥ ਹੁੰਦੇ ਆ ਇਹਨਾਂ ਦੇ ਜੀ, ਹੱਥ ਐਡਾ ਹੱਥ ਹੁੰਦਾ ਆ ਇਹਦਾ ਹੱਥ, ਜਾਨਵਰ ਜਿਹੜੇ ਆ ਲੇ ਹੈ ਬੰਦਿਆਂ ਦਾ ਹੀ ਹੱਥ ਨਾ ਵੇਖਿਓ। ਆਹ ਬੈਠਾ ਜਮਾਂ ਕੋਲੇ ਬਈ, ਇਹਨਾਂ ਨੂੰ ਗੰਨੇ ਪਸੰਦ ਲੱਗਦੇ ਜ਼ਿਆਦਾ, ਗੰਨੇ 'ਚ ਪਾਉਂਦੇ ਪਏ ਇਹਨਾਂ ਨੂੰ, ਗੰਨੇ ਇਹਨਾਂ ਵਾਸਤੇ ਛੱਡੇ ਹੋਏ ਆ ਅਤੇ ਗੰਨੇ ਚੁੱਪਦੇ ਪਏ ਸੀਗੇ ਸਾਰੇ ਅਲੱਗ ਅਲੱਗ। ਅਤੇ ਚਲੋ ਆਪਾਂ ਚੱਲਦੇ ਹਾਂ ਹੁਣ ਅੱਗੇ, ਅੱਗੇ ਜਾ ਕੇ ਵੇਖਦੇ ਹਾਂ ਹੋਰ ਕੀ ਹੈ ਸਾਰੇ। ਇਹ ਹੋ ਗਏ ਚਿੰਪੈਂਜੀ ਵੇਖ ਲਿਆ ਆਪਾਂ ਨਾ, ਹੁਣ ਜਿਰਾਫ ਆ ਗਏ ਅੱਗੇ ਜਾ ਕੇ, ਜਿਰਾਫ, ਸ਼ੇਰ ਅਤੇ ਉਹ ਜਿਹੜੇ ਲੱਕੜ ਬੱਗੇ ਆ ਅਤੇ ਗੈਂਡਾ, ਉਹ ਗਾਂਹ ਜਾ ਕੇ ਆ ਗਏ ਆ। ਹੁਣ ਇੱਥੇ ਬਸ ਆਉਣ ਵਾਲਾ ਹੀ ਆ ਉਹ ਅੱਗੇ ਜਾ ਕੇ, ਅਤੇ ਉਹ ਤੁਹਾਨੂੰ ਦਿਖਾਉਂਦੇ ਹਾਂ ਬਈ। ਫਾਈਨਲੀ ਵੱਡੇ ਜਾਨਵਰ ਥੋੜ੍ਹੇ ਜਿਹੇ ਜਿਹੜੇ ਉਹ ਆਏ ਆ, ਜੈਬਰਾ ਅਤੇ ਆਪਣਾ ਕੀ ਕਹਿੰਦੇ ਹੁੰਦੇ ਜਿਰਾਫ, ਉਹ ਤੁਹਾਨੂੰ ਦਿਖਾਉਂਦੇ ਹਾਂ ਹੁਣ ਉਹ ਕਿੱਥੇ ਆ। ਜੈਬਰਾ ਇਹ ਉਹ ਬੈਠਾ ਜਾਨਵਰ, ਉਹ ਹੈਗਾ ਜੈਬਰਾ। ਜਿਰਾਫ ਅੱਗੇ ਚਲ ਗਏ ਉੱਧਰ ਆ ਜਾ, ਉਹ ਰਿਹਾ ਜਿਰਾਫ, ਉਹ ਰਿਹਾ ਜਿਰਾਫ, ਹਾਂ ਚੱਲਦੇ ਉੱਧਰ ਵੀ ਜਾ ਕੇ ਆਉਂਦੇ ਫਿਰ। ਅਤੇ ਆਪਾਂ ਹੁਣ ਗਾਂਹ ਚੱਲਦੇ ਹਾਂ ਜਿੱਥੋਂ ਜਿਰਾਫ ਆਪਾਂ ਨੂੰ ਨੇੜੇ ਵਿਖਣਗੇ, ਅਤੇ ਉਹ ਫਿਰ ਗਾਂਹ ਜਾ ਕੇ ਵੇਖਦੇ ਹਾਂ ਜਿਰਾਫ। ਮੈਂ ਵੇਖੀਏ ਤਾਂ ਨਹੀਂ ਗੇ ਪਹਿਲਾਂ ਕਦੇ, ਪਰ ਨੇੜਿਓਂ ਵੇਖ ਜੇ ਤਾਂ ਜ਼ਿਆਦਾ ਵਧੀਆ ਗੱਲ ਆ, ਕਿਉਂਕਿ ਹਾਲੇ ਤੱਕ ਤਾਂ ਜਿਹੜੇ ਜਾਨਵਰ ਸਾਨੂੰ ਵੇਖ ਰਹੇ ਨਾ ਵੱਡੇ ਜਾਨਵਰ, ਉਹ ਜਿਵੇਂ ਉਹ ਕੱਛੂ ਕੁੰਮਾ ਜਿਹਾ ਸੀਗਾ, ਅਤੇ ਦੂਸਰਾ ਚੀਤਾ, ਚੀਤਾ ਤਾਂ ਵਿਖਿਆ ਹੀ ਨਹੀਂ, ਕੱਛੂ ਕੁੰਮਾ ਸੀਗਾ ਉਹ ਵੀ ਅੰਦਰ ਸੁੱਤਾ ਪਿਆ ਲੱਗਦਾ। ਅਤੇ ਹੁਣ ਆਪਾਂ ਵੇਖਦੇ ਹਾਂ ਜੈਬਰਾ ਅਤੇ ਨਾਲ ਵੇਖਦੇ ਹਾਂ ਜਿਰਾਫ, ਉਹ ਵੇਖਦੇ ਹਾਂ ਉਹ ਕਿੱਦਾਂ ਦੇ ਆ। ਉਹ ਇੱਧਰ ਉਹ ਲੱਕੜ ਬੱਗਾ ਵੇ ਰਿਹਾ, ਲੱਕੜ ਬੱਗਾ, ਉਹ ਵੇ ਆਵੇ ਵੇ ਕਿੱਡਾ ਵੱਡਾ ਵੇ, ਉਹ ਬਾਅਦ ਫਿਰ ਭੱਜ ਜਾਂਦੇ ਨਾ ਦੂਰੋਂ, ਉਹ ਦੇਖੋ ਲੱਕੜ ਬੱਗਾ ਕਹਿੰਦੇ ਇਹਨੂੰ ਰਾਜੀ, ਕੁੱਤਾ। ਇਹ ਦੂਜੇ ਸ਼ਿਕਾਰੀ ਆ, ਇਹ ਸ਼ੇਰ ਨੂੰ ਵੀ ਖਾ ਜਾਂਦੇ ਆ, ਹਾਂ ਇਹ ਜੇ ਇਕੱਠੇ ਹੋ ਜਾਣ ਨਾ, ਇਕੱਠੇ ਹੋ ਕੇ
ਨਹੀਂ ਕੰਧ ਨਹੀਂ, ਇਹ ਇਕੱਠੇ ਹੋ ਕੇ ਸ਼ੇਰ ਚੀਤਾ ਜਾਨਵਰ ਸਾਰੇ ਮਾਰ ਦਿੰਦੇ ਇਹ ਇਹ ਲੜ ਹਾਂ ਜਦੋਂ ਇਕੱਠੇ ਹੋ ਕੇ ਕਰਦੇ ਆ। ਇਹ ਦੂ ਉਹ ਨਹੀਂ ਗਾ ਆਪਣਾ ਪਾਲਤੂ ਜਾਨਵਰ ਨਹੀਂ ਗਾ, ਇਹ ਲੱਕੜ ਬੱਗਾ ਕਹਿੰਦੇ ਇਹਨੂੰ ਵੈਸੇ ਤਾਂ। ਉਹ ਵੇਖ ਹੋ ਰਿਹਾ ਦੋ ਆ ਉਹ ਫਿਰਦਾ, ਹਾਂ ਦੂਜਾ ਤਾਂ ਨਹੀਂ ਪਤਾ ਉਹ ਵੇ ਬੈਠਾ ਬਾਹਰ। ਲਓ ਵੀ ਆ ਗਿਆ ਆਪਾਂ ਸ਼ੇਰ ਦੇ ਇਲਾਕੇ ਚ। ਉਹ ਬੱਲੇ ਸ਼ੇਰ ਵੇਖੀਏ ਹੁਣ, ਸ਼ੇਰ ਲੱਭਦਾ ਕਿਤੇ ਕਿ ਨਹੀਂ ਯਾਰ, ਹੁਣ ਸ਼ੇਰ ਵਿਖਣਾ ਚਾਹੀਦਾ। ਉਹ ਰਿਹਾ ਉਹ ਰਿਹਾ ਉਹ ਰਿਹਾ ਉਹ ਰਿਹਾ ਉਹ ਵੇ ਰਿਹਾ ਉਹ ਵੇ ਰਿਹਾ ਉਹ ਵੇ ਰਿਹਾ ਉਹ ਰਿਹਾ ਇੱਕ ਤਾਂ ਨਰਦੀਪ ਕਰ, ਤੂੰ ਵੀ ਵੀਡੀਓ ਬਣਾ ਲਾ ਨਾ ਇਹਦੀ ਹਲਕੀ ਜੀ। ਸ਼ੇਰ ਆ ਚਿੜੀਆ ਘਰ ਵੇਖ ਰਹੀ ਤੂੰ, ਸ਼ੇਰ ਤਾਂ ਵੇਖ ਫਿਰ। ਉਹ ਰਿਹਾ ਬਈ ਸ਼ੇਰ, ਉਹ ਬੱਲੇ ਉਹ ਗਿਆ ਲੁਕ ਗਿਆ, ਹਾਂ ਬੋਰ ਹੋਏ ਪਏ ਉਹ ਬਹਿ ਗਿਆ ਬਹਿ ਗਿਆ ਇਹ ਬਹਿ ਗਿਆ। ਉਹ ਰਿਹਾ ਬਈ ਸ਼ੇਰ, ਦੇਖ ਲਿਆ ਬਈ ਸ਼ੇਰ, ਨਹੀਂ ਵੇਖਿਆ ਸੀਗਾ ਤਾਂ ਦੇਖ ਲਿਆ ਪਹਿਲੀ ਵਾਰੀ ਸ਼ੇਰ ਆਪਾਂ ਵੀ, ਹੈਨਾ ਜੰਗਲ ਦਾ ਰਾਜਾ। ਉਹ ਰਿਹਾ ਬਈ ਗੈਂਡਾ, ਇਹ ਕਰਦਾ ਜੂਮ ਤੁਹਾਨੂੰ ਦਿਖਾਉਣਾ। ਉਹ ਰਿਹਾ ਗੈਂਡਾ, ਇਹ ਵੀ ਉਹੀ ਖਾਂਦਾ ਨਾ ਆਪਣਾ ਘਾਹ ਫੂਸ ਹੀ ਖਾਂਦੇ, ਵੀ ਵੈਜੀਟੇਰੀਅਨ ਨਹੀਂ ਆ ਫਿਰ ਇਹਦਾ ਮਤਲਬ ਵੀ। ਇੱਕ ਉਹ ਪਿੱਛੋਂ ਕੁਛ ਆਉਂਦਾ ਪਿਆ, ਉਹ ਤੁਰਿਆ ਆਉਂਦਾ ਪਿਆ ਪਿੱਛੋਂ ਕੁਛ, ਇਹ ਆਊਗਾ ਇੱਧਰ ਨੂੰ ਜਾਂ ਤਾਂ ਉਹ ਫਿਰ ਪਰਲਾ ਏਰੀਆ ਉਹਦਾ। ਉਹ ਵੀ ਹਾਂ ਹੈਗਾ ਉੱਧਰ ਪਿੱਛੇ ਦਰਖਤ ਦੇ ਪਿੱਛੇ ਨਾ ਕੋਈ ਹੈਗਾ। ਉਹ ਰਿਹਾ ਇੱਕ ਬਈ ਗੈਂਡਾ, ਆਹ ਥੋੜ੍ਹੇ ਖੁੱਲ੍ਹੇ ਇਲਾਕੇ ਆ ਗਏ ਇੱਥੇ, ਪਹਿਲਾਂ ਉੱਧਰ ਤਾਂ ਭੀੜਾ ਭੜਾ ਜਿਹਾ ਸੀ ਨਾ ਜਿਵੇਂ, ਉਹ ਦੇਖੋ ਉਹ ਫਿਰਦਾ ਇੱਕ। ਹਾਂ ਇੱਥੇ ਜਗ੍ਹਾ ਹੈਗੀ ਆ ਬਈ, ਇੱਥੇ ਨਾ ਬਰਥਡੇ ਪਾਰਟੀ ਵੀ ਆਪਾਂ ਕਰ ਸਕਦੇ ਹਾਂ। ਆਹ ਦੇਖੋ ਲਿਖਿਆ ਬਰਥਡੇ ਪਾਰਟੀ ਐਂਡ ਪਰਥ ਜ਼ੂ, ਅਤੇ ਜੇਕਰ ਤੁਸੀਂ ਇੱਥੇ ਬਰਥਡੇ ਪਾਰਟੀ ਵਗੈਰਾ ਕਰਨੀ ਚਾਹੁੰਦੇ ਹੋ ਤਾਂ ਇੱਥੇ ਵੈਬਸਾਈਟ ਇਹਨਾਂ ਦੀ perthzoo.com.au, ਅਤੇ ਇੱਥੇ ਆਪਣਾ ਹਾਲ ਮਿਲ ਜੂਗਾ, ਅਤੇ ਹਾਲ ਦੇ ਇੱਥੇ ਆਪਣਾ ਬਰਥਡੇ ਪਾਰਟੀ ਜੇ ਕਿਸੇ ਨੇ ਕੋਈ ਪਾਰਟੀ ਵਗੈਰਾ ਕਰਨੀ ਤਾਂ ਆਪਾਂ ਕਰ ਸਕਦੇ ਇੱਥੇ ਜ਼ੂ ਦੇ ਵਿੱਚ ਜਾਨਵਰਾਂ ਦੇ ਵਿੱਚ। ਹੁਣ ਫਿਲਹਾਲ ਆਪਾਂ ਨੂੰ ਲੱਗੀ ਆ ਭੁੱਖ, ਅਤੇ ਇਸ ਕਰਕੇ ਆਪਾਂ ਕੋਈ ਜਗ੍ਹਾ ਲੱਭਦੇ ਪਏ ਹਾਂ ਜਿੱਥੇ ਥੋੜ੍ਹੀ ਜਿਹੀ ਧੁੱਪ ਆ ਜਾਵੇ, ਅਤੇ ਉੱਥੇ ਬਹਿ ਕੇ ਆਪਾਂ ਖਾਂਦੇ ਹਾਂ ਰੋਟੀ, ਅਤੇ ਆਪਾਂ ਲੈ ਕੇ ਆਉਂਦੀ ਆ ਨਾਲ ਚਾਹ ਨਹੀਂ ਹੈਗੀ ਇੱਥੇ। ਮੰਮੀ ਕਹਿੰਦੇ ਚਾਹ ਪੀਣ ਦਾ ਮਨ ਹੈ ਜਿਹੜਾ ਅੱਗੇਗਾ ਰੈਸਟੋਰੈਂਟ ਹੈ ਨਾ ਉੱਥੇ, ਚਾਹ ਉੱਥੇ ਕਾਫੀ ਮਿਲ ਜੂਗੀ, ਚਾਹ ਮੁਸ਼ਕਲ ਹੀ ਆ। ਫਿਲਹਾਲ ਆਪਾਂ ਰੋਟੀ ਖਾ ਲਈਏ ਬਹਿ ਕੇ ਕਿਤੇ। ਆਪਾਂ ਲੱਭ ਗਈ ਬਈ ਜਗ੍ਹਾ ਬਹਿਣ ਨੂੰ, ਇੱਥੇ ਬੈਠਦੇ ਹਾਂ ਅਤੇ ਆਪਾਂ ਛਕਦੇ ਹਾਂ ਪ੍ਰਸ਼ਾਦਾ। ਅਤੇ ਬਈ ਹੁਣ ਤੱਕ ਵਲੌਗ ਕਿੱਦਾਂ ਦਾ ਲੱਗ ਰਿਹਾ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ, ਅਤੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਜਾਨਵਰ ਵੇਖਿਆ ਵਾ ਉਹ ਵੀ ਕਮੈਂਟ ਦੇ ਵਿੱਚ ਦੱਸਣਾ, ਅਤੇ ਜੇਕਰ ਨਹੀਂ ਵੇਖਿਆ ਤਾਂ ਉਹ ਵੀ ਦੱਸਣਾ, ਠੀਕ ਆ। ਅਤੇ ਸਾਨੂੰ ਜਿੰਨੇ ਕੁ ਜਾਨਵਰ ਵੇਖੇ ਆਪਾਂ ਤੁਹਾਨੂੰ ਸਾਰੇ ਹੌਲੀ ਹੌਲੀ ਕਰਕੇ ਵਿਖਾ ਰਹੇ ਹਾਂ, ਹੋਪਫੁਲੀ ਤੁਹਾਨੂੰ ਸਾਰਾ ਵਲੌਗ ਵਧੀਆ ਲੱਗਦਾ ਹੋਊਗਾ। ਅਤੇ ਹੁਣ ਇੱਕ ਵਾਰੀ ਪ੍ਰਸ਼ਾਦਾ ਛਕਦੇ ਹਾਂ, ਅਤੇ ਬਈ ਭੁੱਖ ਬਹੁਤ ਜ਼ਿਆਦਾ ਲੱਗੀ ਹੈ, ਅਤੇ ਫਿਰ ਇਹ ਤੋਂ ਬਾਅਦ ਆਪਾਂ ਅੱਗੇ ਹੋਰ ਵੇਖਦੇ ਹਾਂ ਹੋਰ ਆਪਾਂ ਨੂੰ ਕੀ ਵੇਖਣ ਨੂੰ ਮਿਲਦਾ ਵਾ। ਬਈ ਆਪਾਂ ਛਕ ਲਿਆ ਪ੍ਰਸ਼ਾਦਾ, ਪ੍ਰਸ਼ਾਦਾ ਛਕ ਕੇ ਬਈ ਬਹੁਤ ਮਜ਼ਾ ਆਇਆ। ਧੁੱਪ ਦੇ ਧੁੱਪ 'ਚ ਬੈਠੇ ਸੀਗੇ, ਅਤੇ ਧੁੱਪ 'ਚ ਬਹਿ ਕੇ ਮੰਮੀ ਨੇ ਬਣਾਏ ਸੀਗੇ ਪਰਾਂਠੇ ਅਤੇ ਨਾਲ ਸਬਜ਼ੀ, ਆਹਾ ਹਾ ਹਾ ਨਜ਼ਾਰਾ ਹੀ ਆ ਗਿਆ। ਅਤੇ ਹੁਣ ਆਪਾਂ ਚੱਲਦੇ ਹਾਂ ਥੋੜ੍ਹਾ ਜਿਹਾ ਅੱਗੇ, ਅਤੇ ਥੋੜ੍ਹਾ ਜਿਹਾ ਆਪਾਂ ਹੁਣ ਦਿਖਾ ਦਿੰਦੇ ਹਾਂ ਆਪਾਂ ਪਹੁੰਚ ਕਿੱਥੇ ਗਏ ਐਕਚੁਅਲ ਦੇ ਵਿੱਚ। ਅਤੇ ਬਈ ਆਪਾਂ ਸਾਰੀਆਂ ਚੀਜ਼ਾਂ ਵੇਖ ਆਏ ਹਾਂ, ਹੈ ਨਾ, ਕੋਲਾ ਕੂਲਾ ਆਹ ਪਾਂਡਾ ਵੀ ਵੇਖ ਲਿਆ, ਬੀਅਰ ਵੀ ਵੇਖਿਆ ਸੀ ਆਪਾਂ, ਫਿਰ ਟਾਈਗਰ ਵੀ ਵੇਖ ਲਿਆ, ਐਲੀਫੈਂਟ ਇਹ ਵੀ ਵੇਖ ਲਿਆ, ਜੈਬਰਾ ਅਤੇ ਉਹ ਪਿੱਛੇ ਸੀਗੇ ਇਹ ਵੀ ਵੇਖੇ ਸੀ, ਫਿਰ ਆਹ ਵੀ ਵੇਖ ਲਏ ਆਪਾਂ, ਟਾਈਗਰ ਵੀ, ਠੀਕ ਆ, ਲਾਇਨ ਟਾਈਗਰ, ਹਾਈਨਾ ਵੀ ਵੇਖਿਆ, ਆਹ ਵੀ ਵੇਖ ਲਿਆ। ਹੁਣ ਸਨੇਕ ਪਿਛਲੀ ਵਾਰ ਵੀ ਨਹੀਂ ਵੇਖੇ, ਚਲ ਆਹ ਵੇਖ ਕੇ ਉਹਨੇ ਕਿੱਥੇ, ਜਿੱਥੇ ਪੈਂਗੋਨ ਸੀ ਨਾ, ਹਾਂ ਉਹਦੇ ਪਿਛਲੀ ਸਾਈਡ, ਚਲ ਫਿਰ ਸਨੇਕਸ ਵੇਖਦੇ ਹਾਂ, ਪਹਿਲਾਂ ਵੇਖ ਲਈਏ, ਆਹ ਵੇਖਣੇ ਹੁਣ, ਆਹ ਰਹਿ ਗਏ ਦੋ ਆਪਣੇ ਵੇਖਣ ਵਾਲੇ, ਟਰੀ ਕੰਗਰੂ ਅਤੇ ਪਾਸਾ ਕੋਸੋਕਵਰੀ ਅਤੇ ਇੱਕ ਸੱਪ,
ਇਹ ਵੇਖ ਕੇ ਆਈਏ, ਸੱਪ ਨਹੀਂ ਵੇਖਿਆ ਆਪਾਂ, ਉਹ ਵੇਖ ਕੇ ਆਈਏ। ਕੈਸੋਵੇਰੀਅਨ ਟ੍ਰੀ ਕੈਂਗਰੂ, ਇਹ ਬਈ ਦਰਖਤਾਂ ਵਾਲੇ ਕੈਂਗਰੂ ਆ, ਜਿਹੜੇ ਆਪਾਂ ਪਹਿਲਾਂ ਵੇਖੇ ਸੀ ਉਹ ਕੈਂਗਰੂ ਹੁੰਦੇ ਆ ਜਿਹੜੇ ਨੋਰਮਲ, ਇਹ ਕਹਿੰਦੇ ਦਰਖਤਾਂ ਦੇ ਉੱਤੇ ਟੱਪਦੇ ਆ। ਹੁਣ ਲੱਭੀਏ ਪਹਿਲਾਂ ਕਿੱਥੇ ਆ। ਟ੍ਰੀ ਕੈਂਗਰੂ ਹੈ ਮਤਲਬ ਟ੍ਰੀ ਦੇ ਉੱਤੇ ਚੜ੍ਹੇ ਹੋਣਗੇ। ਆਹ ਫਿਰਦਾ ਇੱਕ ਤਾਂ, ਆਹ ਵੇ ਆਹ ਕੀ ਹੈ, ਐੱਗ ਟ੍ਰੈਮੀ ਲਾਰਜ ਐੱਗ। ਆਹ ਵੇ ਦੇਖੋ ਏ ਕਿੱਡਾ ਵੱਡਾ, ਓਏ ਇਹਦਾ ਐੱਗ ਇਹਨਾਂ ਨੇ ਲਿਖਿਆ ਹੋਇਆ ਵਾ ਆਪਣੇ ਚਿਕਨ ਦੇ ਐੱਗ ਤੋਂ 10 ਗੁਣਾ ਵੱਡਾ ਹੁੰਦਾ। ਮਤਲਬ ਕਿ ਜਿਹੜਾ ਚਿਕਨ ਦਾ ਐੱਗ ਐਡਾ ਹੁੰਦਾ ਨਾ, ਇਹਦਾ ਮਤਲਬ 10 ਐੱਗ ਲਾ ਕੇ ਐਡਾ ਬਣੂਗਾ ਇਹਦਾ ਐੱਗ। ਅੱਛਾ, ਐਡਾ ਐੱਗ ਹੁੰਦਾ ਇਹਦਾ ਐੱਗ। ਹਾਂ ਮਤਲਬ ਆਹ ਛੋਟਾ ਐੱਗ ਹੁੰਦਾ, ਆਹ ਵੱਡਾ ਐੱਗ। 9 ਮਹੀਨੇ ਤੱਕ ਵੀ ਰੱਖ ਦੇਈ ਉਹਦੀ ਰਖਵਾਲੀ ਐੱਗ ਦੀ, 9 ਮਹੀਨੇ ਬਾਅਦ ਬੱਚਾ ਨਿਕਲਦਾ। ਆ ਵੇ ਰਿਹਾ ਪਾਂਡਾ, ਆ ਵੇ ਰਿਹਾ ਛੋਟੂ। ਟ੍ਰੀ ਕੈਂਗਰੂ ਆ ਇਹ ਬਈ। ਨਾਈਸ, ਦੋ ਇੱਕ ਬੱਚਾ ਵੀ ਨਾਲ ਕਿਆ ਆ ਰਿਹਾ ਮੈਨੂੰ ਲੱਗੇ। ਟ੍ਰੀ ਕੈਂਗਰੂ ਹੁੰਦੇ ਕਿਊਟ ਜੇ ਹੈ ਨਾ ਇਹ, ਪੱਤੇ ਖਾਂਦੇ ਵੀ। ਹਾਂ ਕਿਊਟ ਜੇ ਆ ਨਾ, ਛੋਟੇ ਛੋਟੇ ਜੇ। ਇਹ ਹੈਗੇ ਟ੍ਰੀ ਕੈਂਗਰੂ। ਬਸ ਬਈ ਹੁਣ ਥੋੜਾ ਜਿਹਾ ਨਿਬੜ ਗਿਆ ਲਗਭਗ, ਹੁਣ ਰਹਿ ਗਏ ਸੱਪ ਵੇਖਣ ਵਾਲੇ। ਸੱਪ ਉਹ ਵੇਖਦੇ ਆ ਕਿ ਵੱਡੇ ਅਜਗਰ ਵਗੈਰਾ ਵਾ ਕਿ ਛੋਟੇ ਛੋਟੇ ਆ, ਜਾ ਕੇ ਵੇਖਦੇ ਉਹ ਕਿੱਥੇ ਆ। ਇੱਕ ਆਹ ਹੈਗੇ ਬਈ ਪੇਂਟਡ ਡੋਗਸ, ਉਹ ਜਾਗ ਪਿਆ ਆ ਰਹੀ ਇਹਦੀ ਫੋਟੋ। ਪੇਂਟਡ ਡੋਗਸ ਇਹ ਆਪਾਂ ਜਿਹੜੇ ਹਾਈਨਾ ਵੇਖੇ ਨਾ ਪਹਿਲਾਂ, ਇਹਨਾਂ ਨੇ ਇਹ ਲਿਖ ਕੇ ਇੱਥੇ ਦੱਸਿਆ ਵਾ ਕਿ ਇਹ ਹਾਈਨਾ ਦੀ ਪ੍ਰਜਾਤੀ ਦੇ ਨਹੀਂ ਗੇ, ਇਹ ਕੁੱਤੇ ਆ, ਉਹ ਹਾਈਨਾ ਅਲੱਗ ਚੀਜ਼ ਹੁੰਦੀ ਆ, ਉਹਨਾਂ ਦੀ ਫੈਮਿਲੀ 'ਚ ਨਹੀਂ ਆਉਂਦੇ ਇਹ, ਇਸ ਕਰਕੇ ਕਈਆਂ ਲੋਕਾਂ ਨੂੰ ਭੁਲੇਖਾ ਪੈ ਜਾਂਦਾ। ਅਤੇ ਆਪਾਂ ਨੂੰ ਵੀ ਵੈਸੇ ਤਾਂ ਭੁਲੇਖਾ ਪੈ ਰਿਹਾ ਸੀਗਾ, ਪਰ ਇਹ ਐਕਚੁਅਲ ਦੇ ਵਿੱਚ ਹੈ ਨਹੀਂ ਗਿਆ, ਉਹ ਬੈਠਾ ਆ, ਉਹ ਰਿਹਾ ਠੀਕ ਆ। ਹਾਂ ਇਹ ਹੈਗਾ ਰਾਹ ਦੇ ਵਿੱਚ ਆ ਗਿਆ ਕਿਤੇ ਆਪਾਂ ਨੂੰ ਵੇਖਾਂ। ਉਹ ਪਰਾਂ ਵੀ ਫਿਰਦੇ ਆ ਦੋ ਤਿੰਨ, ਉਹ ਦਰਖਤ ਦੇ ਪਿੱਛੇ ਫਿਰਦੇ ਹੋਏ ਆ। ਉਹ ਰਿਹਾ ਗੈਂਡਾ, ਉਹ ਦੇਖੋ ਗੈਂਡਾ। ਆਹ ਵੇ ਰਿਹਾ ਇੱਧਰੋਂ ਕੁੱਤਾ, ਇੱਧਰੋਂ ਵੇਖਦਾ ਪਿਆ ਉਹ, ਸੇਮ ਟੂ ਸੇਮ ਕੁੱਤਾ। ਉਹ ਰਿਹਾ ਉਹ ਪਿਆ ਜਿਹੜਾ ਆਪਾਂ ਵੇਖਿਆ ਸੀ ਉੱਧਰੋਂ, ਅਤੇ ਉਹ ਪਿਛਲੀ ਸਾਈਡ ਗੈਂਡਾ, ਉਹ ਦੇਖੋ ਦੇਖਦਾ ਪਿਆ। ਕਿੱਥੇ ਸੱਪ, ਉਹ ਵੀ ਬੈਠਾ। ਦੇਖੋ ਗੱਡੀ ਅੱਖ ਹੋਣੇ, ਬਹੁਤ ਘੱਟ ਮਿਲਦਾ ਇਹਦੇ ਚ ਕੀ ਆ, ਸਨੇਕ ਈਟਰ ਆ ਪਿਆ ਹਾਂ ਵੀ ਵਿੱਚ ਦਰਖਤ ਦੇ ਵਿੱਚ। ਹਾਂ ਤਗੜਾ ਸੱਪ ਆ ਇਹ, ਹੈਗਾ ਬਹੁਤ ਤਗੜਾ ਹੈ ਨਾ। ਹਾਂ ਇਹਦੀ ਡਾਈਟ ਹੈਗੀ ਆ ਸਮਾਲ ਮੈਮਲ ਗਰਾਊਂਡ ਬਰਡਸ ਰੈਪਟਾਈਲ ਇਨਕਲੂਡਿੰਗ ਵਿਨੋਨਮਸ ਸਨੇਕਸ। ਅੱਛਾ ਇਹ ਜ਼ਹਿਰੀਲੇ ਸੱਪਾਂ ਨੂੰ ਵੀ ਖਾ ਜਾਂਦਾ, ਇਹਦਾ ਏਰੀਆ ਇੱਥੇ ਆ, ਇੱਥੇ ਮਿਲਦੇ ਇਹ, ਆਪਣੇ ਪਰਥ 'ਚ ਨਹੀਂ ਹੁੰਦੇ, ਪਰਥ ਆਪਣਾ ਇੱਧਰ। ਹਾਂ ਸੁੱਤੇ ਪਏ ਉੱਠਦੇ ਨਹੀਂ ਕਰਦੇ ਨਾ। ਉਹ ਦੇਖੋ ਕਿੱਡਾ ਤਗੜਾ ਵੀ ਸੱਪ, ਥੋੜਾ ਰੰਗ ਫਰਕ ਦੋ ਹੋਣਗੇ। ਹਾਂ ਦੋ ਹੋਣਗੇ ਨਾ, ਕਿੱਡਾ ਤਗੜਾ ਨਾ ਇਹ ਸਿਮਰ ਮਿਲਦਾ ਉਹ ਵਾਲਾ ਅਜਗਰ ਪਾਈਥਨ।
ਪਾਈਥਨ ਹੈ ਵੀ ਪਾਈਥਨ ਬਈ ਆ ਐਡਾ ਤਕੜਾ ਵਾਲਾ ਫੀਮੇਲ ਆ ਵਾਲਾ ਇਹ ਹੈਗਾ ਪਰ ਫੀਮੇਲ ਬਰਨਸ ਪਾਈਥਨ 2011 ਚ ਜੰਮਿਆ ਸੀ ਇਹ ਤੇ 5 ਮੀਟਰ ਲੰਬੀ ਆ ਤੇ 50 ਕਿਲੋ ਭਾਰ ਹੈ ਇਹਦਾ ਹਾਂ ਤੇ ਹੋਊਗਾ ਕਿਹੜਾ ਭਾਰ ਕਿਹੜਾ ਕਿੱਡਾ ਭਾਰਾ ਛਾਪਾ ਯਾਰ ਐਡੇ ਸੁੱਤੀ ਪਈ ਹੈ ਨਾ ਲੋ ਬਈ ਆਪਾਂ ਆਪਣੀ ਪੁਰਾਣੀ ਜਗ੍ਹਾ ਤੇ ਆ ਗਏ ਆ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਹੀ ਵਾਪਸ ਆ ਗਏ ਆ ਤੇ ਹੁਣ ਆਪਾਂ ਚੱਲੇ ਹਾਂ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਈ ਸੀ ਨਾ ਜਿਹੜੀ ਸ਼ੋਪ ਦਿਖਾਈ ਸੀ ਜਿੱਥੋਂ ਸਮਾਨ ਮਿਲਦਾ ਵਾ ਕੁਛ ਤੇ ਆਪਾਂ ਉਹ ਵੇਖਦੇ ਹਾਂ ਤੇ ਉੱਥੇ ਕੋਈ ਸਮਾਨ ਆਪਣੀ ਯਾਦਗਾਰੀ ਲਈ ਕੋਈ ਆਪਾਂ ਕੋਈ ਚੀਜ਼ ਲੈ ਲੈਂਦੇ ਇੱਥੋਂ ਬਾਏ ਕਰ ਲੈਂਦੇ ਜੇ ਪਸੰਦ ਆਈ ਅਗਰ ਮਹਿੰਗੀ ਬਾਲੀ ਨਾ ਹੋਈ ਤੇ ਦੇਖਦੇ ਹਾਂ ਤੇ ਤੁਹਾਨੂੰ ਬਾਹਰੋਂ ਵਿਖਾਉਂਦੇ ਹਾਂ ਤੁਸੀਂ ਵੀ ਵੇਖ ਸਕਦੇ ਹੋ ਅੱਛਾ ਤੇ ਉਹੀ ਆ ਬਸ ਆਪਣਾ ਚਿੜੀਆ ਘਰ ਦਾ ਸਮਾਨ ਜਿਵੇਂ ਮਿਲੂਗਾ ਸਾਰਾ ਕੁਛ ਤੁਹਾਨੂੰ ਕੋਈ ਬੱਚਿਆਂ ਦੀ ਚੀਜ਼ ਲੈਣੀ ਆ ਕੋਈ ਖਿਡਾਉਣਾ ਮਿਤਲਾ ਆਹ ਸਾਰਾ ਕੁਛ ਇੱਥੇ ਪਿਆ ਹੈ ਦੇਖੋ ਬਈ $22 ਦਾ ਆਹ ਕੀ ਹੈ $22 ਦਾ ਇਹਦੇ 'ਚ ਐਵੇਂ ਮਰੀ ਜਾਂਦੇ ਪੈਸੇ ਇੰਨੇ ਪੈਸੇ ਲੈ ਆਦੀ ਲੈ ਉਹ ਆਹ $100 ਦਾ 5,055 ਰੁਪਏ ਦਾ ਬਾਹਲਾ ਮਹਿੰਗਾ ਇੱਥੇ ਇਹਦਾ ਬਈ ਸਮਾਨ ਬਹੁਤ ਜ਼ਿਆਦਾ ਮਹਿੰਗਾ ਵਾ ਇੱਥੇ ਐਡਾ ਕੁ ਖਿਡਾਉਣਾ ਅਤੇ $22 ਦਾ $22 ਤੁਸੀਂ ਲਾ ਲਓ ਇੰਡੀਆ ਦੇ ਹਿਸਾਬ ਨਾਲ ਤਾਂ ਬਣ ਗਏ 12-1300 ਰੁਪਇਆ ਬਹੁਤ ਜ਼ਿਆਦਾ ਮਹਿੰਗਾ ਨੋਟ ਵਰਥ ਟੂ ਬਾਏ ਫਰੋਮ ਹੇਅਰ ਚਲੋ ਆਪਾਂ ਫਿਰ ਵੀ ਚਲੋ ਤੁਹਾਨੂੰ ਦਿਖਾਤਾ ਵਾ ਥੋੜ੍ਹਾ ਜਿਹਾ ਹੋਰ ਗੇੜਾ ਮਾਰ ਲੈਂਦੇ ਹਾਂ ਅਤੇ ਵੈਸੇ ਆਪਾਂ ਲੈਣਾ ਤਾਂ ਮੈਨੂੰ ਲੱਗਦਾ ਨਹੀਂ ਇੱਥੋਂ ਕੁਛ ਹੋਣਾ ਨੋ ਯੈਸ ਆਈ ਨੋ ਚਲੋ ਬੁੱਕਸ ਚਲੋ ਬਈ ਆਪਾਂ ਹੀ ਫਿਨਿਸ਼ ਕਰਦੇ ਹਾਂ ਆਪਾਂ ਇਹ ਵਲੋਗ ਨੂੰ ਅਤੇ ਹੋਪਫੁਲੀ ਤੁਹਾਨੂੰ ਸਾਰਾ ਵਲੋਗ ਬਹੁਤ ਵਧੀਆ ਲੱਗਾ ਹੋਊਗਾ ਅਤੇ ਤੁਸੀਂ ਵੀ ਅਗਰ ਪਰਥ ਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਜਾਂ ਆਪਣੀ ਫੈਮਿਲੀ ਦੇ ਨਾਲ ਇਹ ਜਗ੍ਹਾ ਨੂੰ ਘੁੰਮ ਸਕਦੇ ਹੋ ਇਹ ਜਗ੍ਹਾ ਜਿਹੜੀ ਹੈਗੀ ਇਹ ਹੈਗੀ ਸਾਊਥ ਪਰਥ ਦੇ ਵਿੱਚ ਆ ਅਤੇ ਟਿਕਟ ਤੁਹਾਨੂੰ ਦੱਸ ਹੀ ਦਿੱਤੀ ਆ $38 ਪਰ ਪਰਸਨ ਟਿਕਟ ਸੀ ਅਤੇ ਤੁਸੀਂ ਇੱਥੇ ਆ ਕੇ ਸਿੱਧਾ ਹੀ ਟਿਕਟ ਲੈ ਸਕਦੇ ਹੋ ਤੁਹਾਨੂੰ ਔਨਲਾਈਨ ਲੈਣ ਦੀ ਲੋੜ ਨਹੀਂ ਗੀ ਕਿਉਂਕਿ ਐਂਟਰੀ ਇੱਥੇ ਸਿੱਧਾ ਡਾਇਰੈਕਟ ਹੋ ਜਾਂਦੀ ਆ ਅਤੇ ਚਲੋ ਬਈ ਆਪਾਂ ਹੁਣ ਇਦੂ ਬਾਅਦ ਚੱਲਦੇ ਹਾਂ ਚਾਹ ਵਗੈਰਾ ਪੀਣ ਅਤੇ ਹੋਪਫੁਲੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਅਤੇ ਵਧੀਆ ਲੱਗੀ ਤਾਂ ਬਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਲਾਈਕ ਕਰਨਾ ਅਤੇ ਚਲੋ ਆਪਾਂ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਬਈ ਸਾਰਿਆਂ ਨੂੰ ਨਮਸਤੇ ਬਾਏ ਬਾਏ ਟਾਟਾ ਲੈ ਜੀ ਬਾਏ 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 ਮੰਮੀ ਬਾਏ 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 ਸਾਰਿਆਂ ਨੂੰ ਬਾਏ ਬਾਏ ਨਰਦੀ ਬਾਏ 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 ਚਲੋ ਬਈ ਚਲੀਏ ਬਾਹਰ ਆਪਣੀ ਗੱਡੀ ਖੜੀ ਆ ਬਾਹਰ ਅਤੇ ਨਿਕਲੀਏ ਬਾਹਰ ਲੈਟਸ ਗੋ।